ਪ੍ਰਵਾਸੀ ਟੈਲੀਵਿਜ਼ਨ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਪਰਮਜੀਤ ਹੰਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਸੀ ਮੀਡੀਆ ਗਰੁੱਪ ਪ੍ਰਵਾਸੀ ਟੈਲੀਵਿਜ਼ਨ ਪ੍ਰਵਾਸੀ ਨਿਊਜ਼ਪੇਪਰ ਬੜੇ ਸਾਲਾਂ ਤੋਂ ਮੇਰਾ ਸਾਥ ਰਿਹਾ ਹੈ ਸੈਣੀ ਸਾਹਿਬ ਨਾਲ ਵੀ ਤੇ ਇਸ ਪੂਰੇ ਮੀਡੀਆ ਦੇ ਨਾਲ ਵੀ ਔਰ ਮੈਂ ਪਹਿਲੀ ਵਾਰੀ ਬੇਸ਼ੱਕ ਟੈਲੀਵਿਜ਼ਨ ਸ਼ੋਅ ਕਰ ਰਹੇ ਹਾਂ ਪਰ ਅਸੀਂ ਬਹੁਤ ਸਾਰੀਆਂ ਸਾਡੀਆਂ ਸਾਂਝਾਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਛ ਇਹ ਸੰਗੀਤ ਨਾਲ ਰਿਲੇਟਡ ਕਿਉਂਕਿ ਮੈਂ ਸੰਗੀਤ ਸੁਣਨਾ ਸੰਗੀਤ ਨੂੰ ਮਾਣਦਾ ਸੰਗੀਤ ਨਾਲ ਸੌਣਾ ਤੇ ਸੰਗੀਤ ਨਾਲ ਹੀ ਉੱਠਦਾ ਸੋ ਦਿਨ ਰਾਤ ਮੈਂ ਸੰਗੀਤ ਨਾਲ ਜੁੜਿਆ ਰਹਿਣਾ ਇਹ ਮੇਰੀ ਕਮਜ਼ੋਰੀ ਹੈ ਕਿ ਮੈਂ ਸੰਗੀਤ ਤੋਂ ਬਿਨਾ ਸੌਂ ਵੀ ਨਹੀਂ ਸਕਦਾ ਤੇ ਸੰਗੀਤ ਤੋਂ ਬਿਨਾ ਖਾ ਵੀ ਨਹੀਂ ਸਕਦਾ ਸੋ ਕੋਸ਼ਿਸ਼ ਮੇਰੀ ਇਹ ਹੁੰਦੀ ਹੈ ਕਿ ਚੰਗੇ ਚੰਗੇ ਗਾਇਕਾਂ ਨੂੰ ਚੰਗੇ ਚੰਗੇ ਗੀਤਕਾਰਾਂ ਨੂੰ ਚੰਗੇ ਚੰਗੇ 뮤직 ਡਾਇਰੈਕਟਰ ਨੂੰ ਜਿਹੜੇ ਚੰਗਾ ਕੰਮ ਕਰਕੇ ਆਪਣੇ ਲੋਕਾਂ ਵਾਸਤੇ ਸੰਗੀਤ ਵਾਸਤੇ ਜਾਂ ਸੰਗੀਤ ਪ੍ਰੇਮੀਾਂ ਲਈ ਕੁਝ ਨਾ ਕੁਝ ਚੰਗਾ ਕਰਦੇ ਰਹਿੰਦੇ ਨੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਤੁਹਾਡੇ ਰੂਬਰੂ ਕਰਾਂ ਮੈਂ ਕੈਨੇਡਾ ਟੋਰਾਂਟੋ ਵਿੱਚ ਰਹਿੰਦਾ ਤੇ ਜਦੋਂ ਵੀ ਕੋਈ ਇੱਥੇ ਚੰਗਾ ਗੀਤਕਾਰ ਆਉਂਦਾ ਚੰਗਾ ਗਾਇਕ ਆਉਂਦਾ ਚੰਗਾ 뮤직 ਡਾਇਰੈਕਟਰ ਆਉਂਦਾ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਸ ਚੀਜ਼ ਦਾ ਲਾਹਾ ਲੈ ਕੇ ਉਹਨਾਂ ਨਾਲ ਕੋਈ ਗੱਲਬਾਤ ਜ਼ਰੂਰ ਕੀਤੀ ਜਾਵੇ ਤੁਹਾਡੇ ਰੂਬਰੂ ਕੀਤਾ ਜਾਵੇ ਕਿਉਂਕਿ ਹਰ ਸ਼ਖਸ ਦੀ ਆਪਣੀ ਇੱਕ ਪਹਿਚਾਨ ਹੁੰਦੀ ਹੈ ਆਪਣਾ ਇੱਕ ਅੰਦਾਜ਼ ਹੁੰਦਾ ਹਰ ਫੁੱਲ ਦੀ ਜਿਵੇਂ ਆਪਣੀ ਖੁਸ਼ਬੂ ਹੁੰਦੀ ਹੈ ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਹਰ ਤਰ੍ਹਾਂ ਦਾ ਰੰਗ ਤੁਹਾਨੂੰ ਉਸ ਰੰਗ ਦੇ ਵਿੱਚ ਰੰਗੀਨ ਕੀਤਾ ਜਾਵੇ ਔਰ ਸੰਗੀਤ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਅਸੀਂ ਕਰਦੇ ਰਹਿੰਦੇ ਹਮੇਸ਼ਾ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਬੜਾ ਮਾਣ ਤੇ ਬੜਾ ਫਖਰ ਮਹਿਸੂਸ ਹੁੰਦਾ ਉਹ ਇਸ ਕਰਕੇ ਕਿਉਂਕਿ ਅੱਜ ਕੱਲ ਜੋ ਸੰਗੀਤ ਦੀ ਦੁਰਦਸ਼ਾ ਹੋ ਰਹੀ ਹੈ ਉਹਦੇ ਤੇ ਦਰਸਾਉਂਦਾ ਸਾਨੂੰ ਪਰ ਫਿਰ ਵੀ ਸ਼ੁਕਰ ਹੈ ਮਾਲਕ ਦਾ ਕਿ ਕੁਛ ਇੱਕ ਨਵੇਂ ਬੱਚੇ ਮੁੰਡੇ ਕੁੜੀਆਂ ਬਹੁਤ ਸੋਹਣਾ ਕੰਮ ਕਰ ਰਹੇ ਨੇ ਜਿਨ੍ਹਾਂ ਕਰਕੇ ਥੋੜੀ ਉਮੀਦ ਵੱਜੀ ਹੋਈ ਹੈ ਕਿ ਥੋੜਾ ਸਾਡਾ ਸੰਗੀਤ ਆਉਣ ਵਾਲੇ ਸਮੇਂ ਵਿੱਚ ਥੋੜਾ ਸਮਾਂ ਹੋਰ ਬਚਿਆ ਰਹੇਗਾ। ਔਰ ਜੇਕਰ ਅਸੀਂ ਪੰਜਾਬੀ ਸੰਗੀਤ, ਫੋਕ ਸੰਗੀਤ ਜਾਂ ਸਾਡੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਕੁਛ ਇੱਕ ਐਸੇ ਚੰਗੇ ਲੋਕ ਨੇ ਜਿਨ੍ਹਾਂ ਨੇ ਵੀੜਾ ਚੱਕਿਆ ਹੋਇਆ ਹੈ ਜਿਹੜੇ ਇਹ ਸੋਚ ਕੇ ਤੁਰੇ ਹੋਏ ਨੇ ਕਿ ਅਸੀਂ ਆਪਣੇ ਪਰ ਲੋਕ ਸੰਗੀਤ ਨੂੰ ਤੇ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਣਾ ਮੇਰੇ ਵਾਸਤੇ ਬੜੇ ਮਾਣ ਤੇ ਫਖਰ ਵਾਲੀ ਗੱਲ ਹੈ ਕਿ ਅੱਜ ਮੇਰੇ ਨਾਲ ਇਸੇ ਹੀ ਤਰ੍ਹਾਂ ਦੇ ਇੱਕ ਬਹੁਤ ਪਿਆਰੀ ਜੇ ਰੂ ਜਿਨ੍ਹਾਂ ਨੇ ਸੰਗੀਤ ਦੇ ਵਿੱਚ ਬਹੁਤ ਮੱਲਾ ਮਾਰੀਆਂ ਨੇ ਪਰ ਸੰਗੀਤ ਉਹ ਜਿਹੜਾ ਸੁਣ ਕੇ ਤੁਸੀਂ ਮਾਣ ਮਹਿਸੂਸ ਕਰੋ ਸੁਣ ਕੇ ਫਖਰ ਮਹਿਸੂਸ ਕਰੋ ਕਿ ਇਹ ਸਾਡਾ ਸੰਗੀਤ ਹੈ ਤੇ ਇਹ ਸਾਡੇ ਗਾਉਣ ਵਾਲੇ ਨੇ ਸੋ ਮੇਰੇ ਨਾਲ ਅੱਜ ਡਾਕਟਰ ਜਤਿੰਦਰ ਕੌਰ ਜੀ ਪਰ ਤੋਂ ਸਪੈਸ਼ਲ ਉਹਨਾਂ ਦੇ ਆਪਣੇ ਬੱਚੇ ਇੱਥੇ ਨੇ ਉਹਨਾਂ ਦੇ ਇੱਕ ਸੇ ਫੰਕਸ਼ਨ ਵਿੱਚ ਆਏ ਸਨ ਜਿਵੇਂ ਮੈਂ ਕਿਹਾ ਕਿ ਮੈਨੂੰ ਥੋੜਾ ਲਾਹਾ ਹੋ ਜਾਂਦਾ ਕਿ ਇਹੋ ਜਿਹੇ ਲੋਕ ਸਾਡੇ ਸ਼ਹਿਰ ਦੇ ਵਿੱਚ ਆਉਣ ਤੇ ਉਹਨਾਂ ਨਾਲ ਥੋੜੀ ਗੱਲਬਾਤ ਕੀਤੀ ਜਾਵੇ ਸੋ ਉਹਨਾਂ ਨੇ ਸੰਗੀਤ ਵਿੱਚ ਕੀ ਕੀ ਕੀਤਾ ਬਹੁਤ ਸਾਰੀਆਂ ਮੱਲਾ ਮਾਰੀਆਂ ਹੋਈਆਂ ਨੇ ਕੁਝ ਕਿਤਾਬਾਂ ਵੀ ਲਿਖੀਆਂ ਹੋਈਆਂ ਨੇ ਬਹੁਤ ਸਾਰੇ ਬੱਚੇ ਉਹਨਾਂ ਦੇ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਸਕੂਲਾਂ ਦੇ ਵਿੱਚ 뮤직 ਟੀਚਰ ਦੇ ਤੌਰ ਤੇ ਕੰਮ ਕਰ ਰਹੇ ਨੇ ਇਹਨਾਂ ਕੋਲੋਂ ਸਿੱਖ ਕੇ ਹੋਰ ਬੜਾ ਕੁਝ ਤੁਹਾਨੂੰ ਜਾਣਕਾਰੀ ਦੇਾਂਗੇ ਉਹਨਾਂ ਕੋਲੋਂ ਪਰ ਮੈਂ ਚਾਹੁੰਨਾ ਕਿ ਇਹ ਸਾਰਾ ਕੁਝ ਉਹਨਾਂ ਕੋਲੋਂ ਬਹੁਤ ਪੁੱਛਿਆ ਜਾਵੇ ਸੋ ਡਾਕਟਰ ਜਿੰਦਰਕੌਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਟੋਰਾਂਟੋ ਦੇ ਵਿੱਚ ਵੀ ਤੇ ਸਟੂਡੀਓ ਦੇ ਵਿੱਚ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਰਮਜੀ ਆਰ ਮੈਂ ਪਰਵਾਸੀ ਟੀਵੀ ਦੀ ਬਹੁਤ ਹੀ ਜ਼ਿਆਦਾ ਰੇਣੀ ਆ ਜਿਨ੍ਹਾਂ ਨੇ ਮੈਨੂੰ ਤੁਹਾਡੇ ਨਾਲ ਬੈਠ ਕੇ ਆਡੀਅנס ਨਾਲ ਰूबरू ਹੋਣ ਦਾ ਮੌਕਾ ਦਿੱਤਾ। ਬਹੁਤ ਤੁਹਾਨੂੰ ਜਿਵੇਂ ਵਾਂਸ ਅਗੇਨ ਕਿਉਂਕਿ ਮੈਂ ਜਿਵੇਂ ਕਿਹਾ ਕਿ ਮੇਰੀ ਖੁਸ਼ਕਿਸਮਤੀ ਹੈ ਤੁਸੀਂ ਸੰਗੀਤ ਦੇ ਵਿੱਚ ਬੜਾ ਕੁਝ ਕਰ ਰਹੇ ਹੋ ਔਰ ਜਦੋਂ ਮੈਂ ਤੁਹਾਡੀ ਅਸੀਂ ਆਫ ਦਿਅਰ ਵੀ ਗੱਲਾਂ ਕਰ ਰਹੇ ਸੀ ਮੈਨੂੰ ਸੱਚੀ ਬੜਾ ਚੰਗਾ ਲੱਗਾ ਕਿ ਸ਼ੁਕਰ ਹੈ ਮਾਲਕਾ ਜਿਨ੍ਹਾਂ ਲੋਕਾਂ ਨੇ ਇਹ ਵੀੜਾ ਚੱਕਿਆ ਹੋਇਆ ਕਿ ਅਸੀਂ ਪੰਜਾਬੀ ਗੀਤ ਸੰਗੀਤ ਨੂੰ ਕਲਾਸਿਕਲ ਸੰਗੀਤ ਨੂੰ ਫੋਕ ਸੰਗੀਤ ਨੂੰ ਜਿਉਂਦਾ ਰੱਖਣਾ। ਸੋ ਸ਼ੁਰੂਆਤ ਕਰਦੇ ਹਾਂ ਤੁਹਾਡੀਆਂ ਪੰਜ ਬੁੱਕਸ ਵੀ ਆਈਆਂ ਹੋਈਆਂ ਨੇ। ਮੜ ਜਾ ਮੈਚ ਨੂੰ ਉਹਨਾਂ ਬਾਰੇ ਥੋੜਾ ਜਿਹਾ ਦੱਸੋ। ਹਾਂਜੀ ਮੈਂ ਨਾ ਸੰਗੀਤ ਦੇ ਬਾਰੇ ਆਪਣੀਆਂ ਪੰਜ ਬੁੱਕਸ ਲਿਖੀਆਂ ਨੇ ਕਿਉਂਕਿ ਮੈਂ ਕਿਸੇ ਨੂੰ ਇੱਕ ਵਾਰੀ ਕਹਿੰਦੇ ਸੁਣਿਆ ਸੀਗਾ ਕਿ ਇਨਸਾਨ ਚਲਾ ਜਾਂਦਾ ਜੇ ਉਹਦੀ ਲਿਖਤ ਹੋਵੇ ਤੇ ਉਹ ਹਮੇਸ਼ਾ ਜ਼ਿੰਦਾ ਰਹਿੰਦਾ ਸੋ ਮੇਰੇ ਦਿਮਾਗ 'ਚ ਉਹ ਵੀ ਗੱਲ ਸੀ ਕੁਛ ਅਸੀਂ ਐਜੂਕੇਸ਼ਨਲ ਜੁੜੇ ਹੋਏ ਸੀ ਇਸ ਕਰਕੇ ਲਿਖਣਾ ਪੜਨਾ ਸਾਡਾ ਕੰਮ ਸੀਗਾ ਸੋ ਮੈਂ ਪੰਜ ਆਪਣੇ ਕਿਤਾਬਾਂ ਸੰਗੀਤ ਦੇ ਆਪਣੇ ਕਲਾਕਾਰਾਂ ਦੇ ਜਾਂ ਵਿਦਿਆਰਥੀਆਂ ਦੇ ਝੋਲੀ ਪਾਈਆਂ ਨੇ ਵਾਹ ਵਾਹ ਉਹਨਾਂ ਬੁੱਕਸ ਦੇ ਵਿੱਚ ਕੀ ਕੀ ਹੈ ਸੰਗੀਤ ਨਾਲ ਰਿਲੇਟਡ ਤੇ ਔਰ ਉਹ ਬੁੱਕਸ ਕਿਵੇਂ ਮਿਲ ਸਕਦੀਆਂ ਨੇ ਹਾਂ ਜਰੂਰ ਜੀ ਅੱਛਾ ਇਸ ਤਰ੍ਹਾਂ ਹੈ ਕਿ ਇੱਕ ਤਾਂ ਮੈਂ ਆਪਣੀ ਲਿਖੀ ਹੋਈ ਹੈ ਕਿਤਾਬ ਸਿੱਖ ਧਰਮ ਅਤੇ ਭਗਤੀ ਸੰਗੀਤ ਕਿਉਂਕਿ ਸਾਡਾ ਜਿਹੜਾ ਸਿੱਖ ਧਰਮ ਹੈ ਉਸਨੇ ਜਿਹੜੇ ਸਾਡੇ ਗੁਰੂ ਸਹਿਬਾਨ ਜੀ ਨੇ ਉਹਨਾਂ ਨੇ ਜਿਹੜਾ ਭਗਤੀ ਸੰਗੀਤ ਹੈ ਉਹਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਹੈ ਕਿਉਂਕਿ ਉਹਨਾਂ ਨੇ ਸਾਰੀ ਹੀ ਬਾਣੀ ਰਾਗਾਂ ਦੇ ਵਿੱਚ ਲਿਖੀ ਹੈ ਔਰ ਅੱਜ ਅਸੀਂ ਜਿੰਨਾ ਵੀ ਕੀਰਤਨ ਗੁਰਦੁਆਰਿਆਂ ਵਗੈਰਾ ਸੁਣਦੇ ਆ ਉਹ ਸਾਰਾ ਰਾਗਾਂ ਦੇ ਵਿੱਚ ਹੁੰਦਾ ਹੈ ਇੱਕ ਮੈਂ ਉਹ ਲਿਖਿਆ ਕਿ ਸਾਡੇ ਗੁਰੂਆਂ ਦੀ ਸਿੱਖ ਧਰਮ ਦੇ ਵਿੱਚ ਮਤਲਬ ਜਿਹੜਾ ਭਗਤੀ ਸੰਗੀਤ ਉਹਦੇ ਕੀ ਕੰਟੀ ਕਿਸ ਸੰਗੀਤ ਦਾ ਤੇ ਰੱਬ ਦਾ ਬੜਾ ਗੂੜਾ ਸਬੰਧ ਹੈ ਜੀ ਤੁਸੀਂ ਕਿਤੇ ਵੀ ਅਸੀਂ ਚਲੋ ਸਿੱਖ ਧਰਮ ਨਾਲ ਬਵਸਤਾ ਆ ਤੇ ਅਸੀਂ ਪਰ ਕਿਸੇ ਵੀ ਤੁਸੀਂ ਮੰਦਿਰ ਮਸਜਿਦ ਗੁਰਦੁਆਰਾ ਚਰਚ ਕਿਤੇ ਵੀ ਚਲ ਜਿਓ ਤੁਹਾਨੂੰ ਅੰਦਰ ਵਰਦਿਆ ਸਾਰੇ ਪਹਿਲੋ ਸੰਗੀਤ ਨਾਲ ਸੁਣੇਗਾ ਉਹਦੇ ਵਿੱਚੋਂ ਹਨਾ ਕਿਸੇ ਵੀ ਆਪੋ ਆਪਣਾ ਤਰੀਕਾ ਹੈ ਅਸੀਂ ਗੁਰਬਾਣੀ ਕਰਦੇ ਆ ਫਿਰ ਉਹ ਕੋਈ ਮਾਤਾ ਦੀਆਂ ਭੇਟਾਂ ਕਉਂਦੇ ਨੇ ਚਰਚ ਦੇ ਵਿੱਚ ਕੁਝ ਸ਼ੋਰ ਹੁੰਦਾ ਸੋ ਆਪ ਆਪਣਾ ਤਰੀਕਾ ਪਰ ਰੱਬ ਦਾ ਤੇ ਸੰਗੀਤ ਦਾ ਬੜਾ ਗੂੜਾ ਸਬੰਧ ਹੈ ਜੀ ਸਮਝਦੇ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਇਹ ਮਹਿਸੂਸ ਕੀਤਾ ਕਿ ਜਿਹੜਾ ਸੰਗੀਤ ਦੇ ਵਿੱਚ ਮਨ ਨੂੰ ਇਕਾਗਰ ਕਰਨ ਦੀ ਜਿਹੜੀ ਸ਼ਕਤੀ ਹੈ ਉਹ ਕਿਸੇ ਦੂਸਰੀ ਚੀਜ਼ ਚ ਨਹੀਂ ਹੈ ਸਭ ਤੋਂ ਪਹਿਲੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਸੰਗੀਤ ਨੂੰ ਔਰ ਧਰਮ ਨੂੰ ਜੋੜਿਆ ਜੋ ਅੱਜ ਸਾਰਿਆਂ ਨੇ ਉਸ ਨੂੰ ਫੋਲੋ ਕੀਤਾ ਇੱਕ ਮੇਰੀ ਕਿਤਾਬ ਹੈ ਜਿਹੜੀ ਜਿਹਦੇ ਵਿੱਚ ਮੈਂ ਸਾਰੀਆਂ ਫੋਕ ਦੀਆਂ ਬਣਗੀਆਂ ਕੋੜੀਆਂ ਸੁਹਾਗ ਆ ਆਪਣਾ ਲੋਰੀਆਂ ਵਾਰਾਂ ਕਵੀਸ਼ਰੀ ਇਹ ਸਾਰਿਆਂ ਦਾ ਵਿੱਚ ਵਰਣਨ ਕੀਤਾ ਹੈ ਇੱਕ ਮੇਰੀ ਕਿਤਾਬ ਹੈ ਵੈਦਿਕ ਯੁੱਗ ਵਿੱਚ ਸੰਗੀਤ ਅਸੀਂ ਵੇਦਾਂ ਚਾਰ ਵੇਦਾਂ ਦੇ ਵਿੱਚ ਸੰਗੀਤ ਨੂੰ ਕਿੰਨੀ ਇੰਪੋਰਟੈਂਸ ਦਿੱਤੀ ਆ ਕੀ ਸੀਗਾ ਉਹਦੇ ਬਾਰੇ ਲਿਖੀ ਹੈ ਠੀਕ ਹੈ ਇੱਕ ਮੇਰੀ ਖਾਲੀ ਹਿੰਦੀ ਦੀ ਬੁੱਕ ਸ ਹੈ ਭਗਤੀ ਸੰਗੀਤ ਉਹਦੇ ਵਿੱਚ ਮੈਂ ਪੂਰਾ ਭਗਤੀ ਦੇ ਬਾਰੇ ਲਿਖਿਆ ਹੈ ਕਿ ਭਗਤੀ ਸੰਗੀਤ ਕੀ ਹੈ ਔਰ ਕਿਸ ਤਰ੍ਹਾਂ ਸਾਰੇ ਤਰਮਾਨ ਉਸ ਨੂੰ ਐਡਾਪਟ ਕੀਤਾ ਇੱਕ ਮੇਰੀ ਕਿਤਾਬ ਹੈ ਕਿ ਗੁਰਬਾਣੀ ਦੇ ਵਿੱਚ ਜਿਹੜੇ ਸੰਗੀਤ ਦੇ ਸਿਧਾਂਤ ਨੇ ਉਹ ਟੈਕਨੀਕਲ ਵਰਡਸ ਜਿਹੜੇ ਹੁੰਦੇ ਨੇ ਟੈਕਨੀਕਲੀ ਟੈਕਨੀਕਲੀ ਜਿਹੜੀਆਂ ਅਸੀਂ ਚੀਜ਼ਾਂ ਉਸ ਦੇ ਵਿੱਚ ਵਰਤਦੇ ਆਂ ਕੀਰਤਨ ਵਿੱਚ ਉਹ ਸਾਰਾ ਦਾ ਉਹਦੇ ਵਿੱਚ ਵਾਹ ਤੁਸੀਂ ਤੇ ਕਮਾਲ ਹੈ ਪੰਜ ਬੁੱਕਸ ਦੇ ਵਿੱਚ ਤੁਸੀਂ ਹਰ ਚੀਜ਼ ਨੂੰ ਕਵਰ ਕੀਤਾ ਹੋਇਆ ਔਰ ਇਹ ਬੁੱਕਸ ਹੁਣ ਅਵੇਲੇਬਲ ਨੇ ਜੇ ਅਗਰ ਕੈਨੇਡਾ ਦੇ ਵਿੱਚ ਵੀ ਮਿਲ ਸਕਦੀਆਂ ਨੇ ਅਮੇ ਜ਼ਰੂਰ ਪਹੁੰਚਵਾ ਦੇਂਗੀ ਕੈਨੇਡਾ ਤੱਕ ਹਾਂ ਜ਼ਰੂਰ ਤੁਸੀਂ ਪਹੁੰਚਾਓ ਬਿਲਕੁਲ ਜੀ ਔਰ ਸੰਗੀਤ ਦੇ ਵਿੱਚ ਤੁਸੀਂ ਫਿਰ ਮੈਂ ਚਾਹੁੰਨਾ ਕਿ ਥੋੜਾ ਜਿਹਾ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਕਿਉਂਕਿ ਤੁਸੀਂ ਬਕਾਇਦਾ ਮਿਊਜ਼ਿਕ ਨੂੰ ਹੰਡਾਉਂਦੇ ਹੋ ਮਿਊਜ਼ਿਕ ਨੂੰ ਮਾਰਦੇ ਹੋ ਸਿੰਗਿੰਗ ਖੁਦ ਕਰਦੇ ਹੋ ਤੇ ਮੈਂ ਚਾਹੁੰਦਾ ਥੋੜਾ ਜਿਹਾ ਹੋ ਜਾਏ ਜੀ ਫਿਰ ਦਰਸ਼ਕਾਂ ਵਾਸਤੇ ਕੁਝ ਨਾ ਕੁਝ ਜੀ ਜਿਸ ਤਰ੍ਹਾਂ ਕੋੜੀਆਂ ਸੁਹਾਗ ਗਾਣਾ ਮੇਰਾ ਬਹੁਤ ਪਸੰਦੀਦਾ ਇੱਕ ਸ਼ੌਂਕ ਹੈ ਤੇ ਮੈਂ ਤੁਹਾਨੂੰ ਇੱਕ ਸੁਹਾਗ ਸੁਣਾਵਾਂਗਾ ਹਰੀਏ ਨੀਰਸ ਪਰਿਏ ਖਜੂਰੇ ਕਹਨੇ ਦਿੱਤਾ ਨਹੀਂ ਦੂਰੇ ਬਾਬਾ ਮੇਰਾ ਕਈ ਦੇਸ ਦਾ ਰਾਜਾ ਓਨ ਦਿੱਤਾ ਨਹੀਂ ਦੂਰੇ

ਤ ਤੁਸੀਂ ਬਹੁਤ ਕੁਝ ਯਾਰ ਕਰਾਤਾ ਜੀ ਕਿਉਂਕਿ ਇਹ ਚੀਜ਼ਾਂ ਅਲੋਪ ਹੋ ਰਹੀਆਂ ਨੇ ਸਾਡੇ ਕਲਚਰ ਦੇ ਵਿੱਚ ਹੁਣ ਡੀਜੇ ਡੂਜੇ ਜਦੋਂ ਤੋਂ ਆ ਗਿਆ ਇਹ ਚੀਜ਼ਾਂ ਮੈਂ ਵੇਖੀਆਂ ਨੇ ਹੰਡਾਈਆਂ ਹੋਈਆਂ ਨੇ ਸਾਡੀਆਂ ਭੈਣਾਂ ਦੇ ਵਿਆਹ ਹੋਏ ਸਾਡੇ ਮੇਰੇ ਭਰਾਵਾਂ ਦੇ ਵਿਆਹ ਹੋਏ ਉਹਨਾਂ ਜਵਾਨਾਂ ਵਿੱਚ ਕਿੰਨੇ ਕਿੰਨੇ ਦਿਨ ਪਹਿਲਾਂ ਇਹ ਸਾਡੀਆਂ ਲੇਡੀਜ਼ ਇਹ ਸ਼ੁਰੂ ਕਰ ਦਿੰਦੀ ਅਸੀਂ ਪਿੰਡਾਂ ਦੇ ਵਿੱਚ ਮਹੀਨਾ ਮਹੀਨਾ ਡੇ ਡੇਢ ਮਹੀਨਾ ਪਹਿਲਾਂ ਹੁਣ ਤੇ ਵਿਆਹ ਇੱਥੇ ਸਪੈਸ਼ਲੀ ਤਿੰਨ ਇੱਕ ਦਿਨ ਦਾ ਹੁੰਦਾ ਭਾਰਤ ਦੇ ਵਿੱਚ ਵੀ ਬਹੁਤ ਲੰਬਾ ਚੋੜਾ ਚੱਕਰ ਨਹੀਂ ਹੁੰਦਾ ਸੋ ਤੁਹਾਨੂੰ ਵੀ ਮਹਿਸੂਸ ਹੁੰਦਾ ਕਿ ਚੀਜ਼ਾਂ ਗੋਮ ਹੋ ਰਹੀਆਂ ਨੇ ਹਾਂਜੀ ਹਾਂਜੀ ਗੋਮ ਹੋ ਰਹੀਆਂ ਇਸ ਲਈ ਮੈਂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੇ ਸਟੂਡੈਂਟਸ ਨੂੰ ਇਹ ਚੀਜ਼ਾਂ ਸਿਖਾਵਾਂ ਤੁਹਾਨੂੰ ਮੈਂ ਦੱਸਾਂਗੀ ਕਿ ਸਾਡੀ ਗੁਨਾਹ ਦੇ ਯੂਨੀਵਰਸਿਟੀ ਦੇ ਵਿੱਚ ਅਸੀਂ ਬੀਏ ਫਸਟイヤー ਔਰ ਉਹਦੇ ਦੋ ਸੈਮੈਸਟਰ ਹੁੰਦੇ ਦੋਨੋਂ ਸੈਮੈਸਟਰ ਦੇ ਵਿੱਚ ਅਸੀਂ ਕੋੜੀਆਂ ਤੇ ਸੁਹਾਗ ਦਾ ਟੌਪਿਕ ਲਗਾਇਆ ਹੋਇਆ ਹੈ ਕਿ ਬੱਚੇ ਉਸ ਦੀ ਥਿਉਰੀ ਵੀ ਪੜਨ ਔਰ ਉਸ ਨੂੰ ਪ੍ਰੈਕਟੀਕਲੀ ਵੀ ਸੁਣਨ ਇੱਕ ਮੈਂ ਤੁਹਾਨੂੰ ਆਪਣਾ ਪਸੰਦੀਦਾ ਹੋਰ ਸੁਹਾਗ ਥੋੜਾ ਜਿਹਾ ਸੁਣਾਵਾਂਗੀ ਮਧਾਣੀਆਂ ਹਾਏ ਓ ਮੇਰੇ ਡਾਡਿਆ ਰਬਾ ਕਿਨਾ ਜਮੀਆਂ ਕਿਨਾ ਨੇ ਲੈ ਜਾਣੀਆਂ ਹਾਏ ਹਾਏ ਓ ਮੇਰੇ ਡਾਡਿਆ ਰਬਾ ਕਿਨਾ ਜਮੀਆਂ ਕਿੰਨਾਂ ਨੇ ਲੈ ਜਾਣੀਆਂ ਹੈ ਫੀਤਾ ਮੇਰੇ ਸਕੇ ਵੀਰਾਂ ਨੇ ਡੋਲਾ ਤੋੜ ਕੇ ਅਗਾਨੂ ਕੀਤਾ ਹੈ ਮੇਰੇ ਸਕੇ ਵੀਰਾਣੇ ਡੋਲਾ ਤੋਰ ਕੇ ਅਗਾਨ ਨੂੰ ਕੀਤਾ ਹੈ ਵਾਹ ਕੀ ਬਾਤ ਹੈ ਅੱਜ ਕੱਲ ਸੱਚੀ ਚੀਜ਼ਾਂ ਘਮ ਹੋ ਰਹੀਆਂ ਨੇ ਹੁਣ ਚੀਜ਼ਾਂ ਸਿਰਫ ਗਾਇਆ ਜਾਂਦੇ ਜਿੱਥੇ ਕੰਪੀਟੀਸ਼ਨ ਹੁੰਦਾ 뮤జిక్ ਦਾ ਜਾਂ ਕੁਛੀ ਕਿ ਰਿਐਲਿਟੀ ਸ਼ੋਅਾਂ ਦੇ ਵਿੱਚ ਆਮ ਸ਼ੋਅਾਂ ਦੇ ਵਿੱਚ ਛੋੜੇ ਕੁੜੀਆਂ ਬਿਲਕੁਲ ਨਹੀਂ ਗਾਉਂਦੀਆਂ ਹੁਣ ਤੇ ਬਸ ਇਹ ਕਿ ਕਹਿੰਦੇ ਆ ਦੁੱਖ ਲੱਗਦਾ ਪਰ ਕੁੜੀਆਂ ਵੀ ਅੱਜਕੱਲ ਨਿਕਰ ਨੁਕਰੀਆਂ ਪਾ ਕੇ ਗਾਉਣਾ ਸ਼ੁਰੂ ਕਰ ਦਿੱਤਾ ਕਲਚਰ ਨੂੰ ਇੰਨੀ ਤਰ੍ਹਾਂ ਇੰਨੀ ਬੁਰੀ ਤਰ੍ਹਾਂ ਵਿਗਾੜ ਰਹੇ ਨੇ ਕਿ ਸਮਝ ਨਹੀਂ ਆਉਂਦੀ ਕਿ ਹੁਣ ਆਉਣ ਵਾਲੇ ਫਿਊਚਰ ਦੇ ਵਿੱਚ ਇਹਨੂੰ ਕਿਵੇਂ ਸੰਭਾਲਿਆ ਜਾਏਗਾ ਇੰਨਾ ਖਲਾਰਾ ਪੈ ਗਿਆ ਉਹਨੂੰ ਕਿਵੇਂ ਅਸੀਂ ਸੰਭਾਲਾਂਗੇ ਤੇ ਤੁਸੀਂ ਫਿਰ ਭਾਰਤ ਕਿਹੜੀ ਜਗ੍ਹਾ ਤੋਂ ਮੈਂ ਅੰਮ੍ਰਿਤ ਸਰ ਅਮਰਸਰ ਤੋਂ ਅਗਰ ਤੁਹਾਡੇ ਕੋਲ ਤੁਸੀਂ ਅਜੇ ਵੀ ਬੱਚੇ ਹੋਰ ਬੱਚਿਆਂ ਨੂੰ ਵੀ ਸਿਖਾਉਂਦੇ ਕੋਈ ਅਕੈਡਮੀ ਖੋਲੀ ਹੋਈ ਹੈ ਜਾਂ ਆਨਲਾਈਨ ਜਾਂ ਨਹੀਂ ਮੈਂ ਖਾਲਸਾ ਕਾਲਜ ਫਰੂਮਨ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਹਾਂ ਸੰਗੀਤ ਦੀ ਤੇ ਉੱਥੇ ਮੈਂ ਆਪਣੇ ਸਟੂਡੈਂਟਸ ਨੂੰ ਸਿਖਾਨੀ ਆ ਅੱਛਾ ਵੈਸੇ ਪ੍ਰਾਈਵੇਟ ਤੋਂ ਨਹੀਂ ਪ੍ਰਾਈਵੇਟ ਨਹੀਂ ਮੈਂ ਕਰਦੀ ਕਿਉਂਕਿ ਕਾਲਜ 'ਚ ਸਾਡਾ ਇੰਨਾ ਕੰਮ ਹੋ ਜਾਂਦਾ ਹੈ ਕਿ ਬੱਚਿਆਂ ਨੂੰ ਪੜ੍ਹਾਈ ਲਿਖਾਈ ਦੇ ਐਕਸਟਰਾ ਬਹੁਤ ਕੁਝ ਸਿਖਾਣਿਆ ਸੀ ਜਿਸ ਤਰ੍ਹਾਂ ਲੋਕ ਗੀਤ ਹੋ ਗਿਆ ਜਾਂ ਦੂਸਰਾ ਫੋਕ ਸੂਫੀ ਸੰਗੀਤ ਹੋ ਗਿਆ ਜਾਂ ਕੁਝ ਗਜ਼ਲ ਹੋ ਗਈ ਇਸ ਤਰ੍ਹਾਂ ਦੀ ਚੀਜ਼ਾਂ ਕਾਫੀ ਕੁਝ ਸਿਖਾਉਣਾ ਪੈਂਦਾ ਹੈ ਤੇ ਉਸ ਤੋਂ ਬਾਅਦ ਟਾਈਮ ਨਹੀਂ ਮਿਲਦਾ ਸਾਨੂੰ ਹਾਂ ਜਿਵੇਂ ਪ੍ਰਾਈਵੇਟਲੀ ਨਹੀਂ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਜਿਹੜੇ 뮤ਜ਼ਿਕ ਸਕੂਲ ਨੇ ਜਿਨ੍ਹਾਂ ਦੇ ਜਿਹਨਾਂ ਸਕੂਲਾਂ ਵਿੱਚ 뮤ਜ਼ਿਕ ਦਾ ਕੰਮ ਹੁੰਦਾ ਹੈ ਤੁਹਾਡੇ ਸਟੂਡੈਂਟਸ ਬਕਾਇਦਾ ਟੀਚਰ ਲੱਗੇ ਹੋਏ ਨੇ ਉੱਥੇ 뮤ਜ਼ਿਕ ਟੀਚਰ ਤੇ ਕੋਈ ਐਸਾ ਤੁਹਾਡਾ ਸਟੂਡੈਂਟ ਜਿਨ੍ਹਾਂ ਤੁਹਾਨੂੰ ਜਿਨ੍ਹਾਂ ਨੇ ਤੁਹਾਡੇ ਨਾਮ ਨੂੰ ਅੱਗੇ ਲੈ ਕੇ ਜਾ ਰਿਹਾ ਹੋਵੇ ਜਿਹੜਾ ਕੋਈ ਐਸਾ ਕੁਝ ਨੇ ਨਾਮ ਬਣਾਇਆ ਹੋਵੇ ਨਹੀਂ ਕਾਫੀ ਸਾਰੇ ਸਟੂਡੈਂਟਸ ਨੇ ਮੈਂ ਕਿਦਾ ਕਿਦਾ ਨਾਮ ਲਵਾ ਜਿਸ ਤਰ੍ਹਾਂ ਇੱਕ ਮੇਰੀ ਹਰਮਨ ਸਟੂਡੈਂਟ ਹੈ ਉਹ ਆਪਣਾ ਰਿਐਲਿਟੀ ਸ਼ੋਅ ਉਹਦੇ ਵਿੱਚ ਵੀ ਵਿਨਰ ਰਹੀ ਹੋਈ ਹੈ ਪੰਜਾਬ ਦੇ ਜਿੰਨਾਂ ਦੇ ਵਾਇਸ ਆਫ ਪੰਜਾਬ ਉਹਦੀ ਵੀ ਵਿਨਰ ਰਹੀ ਹੋਈ ਹੈ ਮੇਰੀ ਸਟੂਡੈਂਟ ਹੈ ਕੁਲਦੀਪ ਹੈ ਮੇਰੀ ਕਈ ਸਟੂਡੈਂਟਸ ਹੈ ਸੁਖਮਨੀ ਜਸਜੀਤ ਹੈ ਉਹਨਾਂ ਨੇ ਆਪਣਾ ਇੱਕ ਕੀਰਤਨ ਦਾ ਜੱਥਾ ਵੀ ਬਣਾਇਆ ਹੋਇਆ ਹੈ ਸਲਮਾ ਉਹ ਫੋਕ ਨੂੰ ਬੜਾ ਕੇ ਲੈ ਕੇ ਜਾ ਰਹੀ ਹੈ ਬਲੈਸਟਾ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਮੇਰੇ ਮਤਲਬ ਵੀ ਅੱਗੇ ਵਧੇ ਇੱਕ আজকাল ਮੇਰੇ ਨਾਲ ਤਬਲਾ ਪਲੇਅਰ ਹੈਗੇ ਨੇ ਮੁਕੇਸ਼ ਕੁਮਾਰ ਜੀ ਉਹਨਾਂ ਦੀ ਦੋਨੋਂ ਬੇਟੀਆਂ ਵੱਡੀ ਬੇਟੀ ਮੇਰੇ ਕੋਲ ਸਿੱਖ ਰਹੀ ਹੈ ਉਹਨਾਂ ਨੇ ਵੀ ਆਪਣਾ ਹੁਸੈਨ ਸਿਸਟਰਸ ਕਰਕੇ ਇੱਕ ਬਣਾਇਆ ਹੋਇਆ ਆਪਣਾ ਟਾਈਟਲ ਉਹ ਵੀ ਬਹੁਤ ਅੱਛਾ ਗਾ ਬਜਾ ਰਹੀਆਂ ਨੇ ਬੱਚੇ ਜੋ ਸਿੱਖਣਾ ਚਾਹੁੰਦੇ ਆ ਆਵਾਜ਼ ਦਾ ਲਗਾਵ ਕਿਦਾਂ ਕਰਨਾ ਹੈ ਤਿਆਰੀ ਕਿਸ ਤਰ੍ਹਾਂ ਕਰਨੀ ਹੈ ਬੇਸਿਕ ਚੀਜ਼ਾਂ ਸਮਝਾ ਦਿੰਨੇ ਆ ਫਿਰ ਕਈ ਅੱਛੇ ਬੱਚੇ ਹੁੰਦੇ ਨੇ ਉਹ ਜਲਦੀ ਪਿਕ ਕਰ ਲੈਂਦੇ ਚੀਜ਼ ਨੂੰ ਪਕੜ ਲੈਂਦੇ ਨੇ ਤੇ ਸੋ ਅ ਅੱਜ ਸਾਡੇ ਨਾਲ ਡਾਕਟਰ ਜਤਿੰਦਰ ਕੌਰ ਜੀ ਅੰਮ੍ਰਿਤਸਰ ਤੋਂ ਸਪੈਸ਼ਲ ਸਾਡੇ ਇਥੇ ਕੈਂਡਾ ਵਿੱਚ ਆਏ ਹੋ ਸਨ ਤੇ ਮੈਂ ਸੋਚਿਆ ਇਹਨਾਂ ਕੋਲੋਂ ਕੁਝ ਇੱਕ ਮੈਨੂੰ ਵੀ ਸਿੱਖਣ ਨੂੰ ਮਿਲੇਗਾ ਕੁਝ ਇੱਕ ਸਾਡੇ ਦੇਖਣ ਵਾਲਿਆਂ ਨੂੰ ਵੀ ਕੁਝ ਇੱਕ ਸਿੱਖਣ ਨੂੰ ਮਿਲੇਗਾ ਕਿਉਂਕਿ ਬਹੁਤ ਸਾਰੇ ਚੀਜ਼ਾਂ ਅਲੋਪ ਹੋ ਰਹੀਆਂ ਨੇ ਸਾਡੇ ਜਿੰਨੇ ਵੀ ਮੇਰੇ ਵਿਊਅਰਸ ਨੇ ਮੈਨੂੰ ਫੋਲੋ ਕਰਦੇ ਨੇ ਸੋਸ਼ਲ ਮੀਡੀਆ ਤੇ ਉਹ ਜਾਣਦੇ ਨੇ ਕਿ ਮੈਂ ਬਹੁਤ ਡੀਪਲੀ ਆਪਣੇ ਪਿੰਡਾਂ ਨਾਲ ਆਪਣੇ ਕਸਬੇ ਨਾਲ ਆਪਣੇ ਜਿਹੜੀਆਂ ਸਾਡੀਆਂ ਟ੍ਰੈਡੀਸ਼ਨਲ ਚੀਜ਼ਾਂ ਨਾਲ ਮੈਂ ਬਹੁਤ ਜੁੜਿਆ ਰਹਿਣਾ ਜੀ ਮੈਂ ਥੋੜੇ ਦਿਨ ਪਹਿਲਾਂ ਇੱਕ ਗੀਟੇ ਆਪ ਖੇਡ ਕੇ ਨਾ ਗੀਟੇ ਰਖੇ ਹੁੰਦੇ ਕੁੜੀਆਂ ਉਹ ਗੀਟੇ ਆਪ ਖੇਡ ਕੇ ਲੋਕਾਂ ਨੂੰ ਯਾਦ ਕਰਾਇਆ ਵੀ ਕਦੇ ਆ ਵੀ ਗੇਮ ਹੁੰਦੀ ਸੀ ਅਡਾ ਖੱਡਾ ਕੁੜੀਆਂ ਖੇਡਦੀਆਂ ਹੁੰਦੇ ਸਨ ਇਦਾਂ ਸੁਹਾਗ ਗਾਉਣੇ ਮੈਂ ਤੁਹਾਨੂੰ ਦੱਸਦਾ ਮੇਰੀਆਂ ਸਾਡੀਆਂ ਦੋ ਭੈਣਾਂ ਨੇ ਸੀ ਚਾਰ ਭਾਈ ਤੇ ਇਹ ਜਿਹੜੇ ਸੁਹਾਗ ਦੀਆਂ ਗੱਲਾਂ ਤੁਹਾਨੂੰ ਯਾਦ ਹੋਵੇ ਕਿ ਪਹਿਲਾਂ ਕੁੜੀਆਂ ਆਪਣੇ ਵਿਆਹ ਲਈ ਦੇਹੀ ਦੀਆਂ ਚਾਦਰਾਂ ਆਪ ਕੱਢਦੀਆਂ ਹੁੰਦੀਆਂ ਸਨ ਗਾਂਦੀਆਂ ਕਰਦੀਆਂ ਗਾਂਦੀਆਂ ਹਾਂ ਗਾਂਦੀਆਂ ਹੁੰਦੀਆਂ ਸੀ ਮੇਰੀ ਵੱਡੀ ਭੈਣ ਆ ਉਹਨਾਂ ਦੇ ਨਾ ਵਿਆਹ ਦੇ ਵਿੱਚ ਸਾਰੀਆਂ ਚਾਦਰਾਂ ਉਹ ਮੈਨੂੰ ਅੱਜ ਵੀ ਯਾਦ ਆ ਉਹ ਪਿੰਕ yellow ਲਾਲ ਕਲਰ ਦੀਆਂ ਚਾਦਰਾਂ ਮੈਨੂੰ ਕਈ ਵਾਰੀ ਉਹ ਦਿਮਾਗ 'ਚ ਆਉਂਦੀਆਂ ਚੀਜ਼ਾਂ ਆ ਆਪੇ ਬੁੰਨ ਰਹੀਆਂ ਨੇ ਉਹਨਾਂ ਦੇ ਵੱਡੇ ਵੱਡੇ ਪਿੰਨੇ ਤੇ ਉਹ ਸਾਰਾ ਹੁਣ ਤੇ ਉਹ ਸਾਰਾ ਕੁਝ ਹੀ ਖਤਮ ਹੋ ਗਿਆ ਤੇ ਉਹ ਚੀਜ਼ਾਂ ਮੈਨੂੰ ਬੜੀਆਂ ਉਹਨਾਂ ਚੀਜ਼ਾਂ ਨਾਲ ਮੈਂ ਜੁੜਿਆ ਰਹਿਣਾ ਪਰ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੇ ਤੱਕ ਜਾਏਗੀ ਗੱਲ ਕਿੰਨਾ ਕ ਅਸੀਂ ਆਪਣੇ ਕਲਚਰ ਨੂੰ ਯਾਦ ਰੱਖਾਂਗੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਜਾ ਕੇ ਕੋਈ ਬਚਾਉਣ ਵਾਸਤੇ ਤੁਸੀਂ ਤਾਂ ਆਪਣੇ ਤੌਰ ਤੇ ਕੰਮ ਕਰ ਰਹੇ ਹੋ ਪਰ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਕੋਈ ਹੋਰ ਆਰਗੇਨਾਈਜੇਸ਼ਨਸ ਹੈਗੀਆਂ ਨੇ ਭਾਰਤ ਦੇ ਵਿੱਚ ਹਾਂਜੀ ਉੱਥੇ ਜਿਹੜੇ ਸਕੂਲ ਕਾਲਜੇਜ਼ ਨੇ ਯੂਨੀਵਰਸਿਟੀਆਂ ਨੇ ਜਿਹੜੇ ਯੂਥ ਫੈਸਟੀਵਲ ਵਗੈਰਾ ਕਰਵਾਉਂਦੇ ਨੇ ਉੱਥੇ ਸਾਡੇ ਫੋਕ ਦੇ ਨਾਲ ਰਿਲੇਟਿਡ ਬਹੁਤ ਕੁਝ ਹੁੰਦਾ ਹੈ ਔਰ ਉਹਦੇ ਜਦੋਂ ਬੱਚੇ ਉਹਦੇ ਵਿੱਚ ਪਾਰਟਿਸਿਪੇਟ ਕਰਨ ਵਾਸਤੇ ਸਿੱਖਦੇ ਨੇ ਤੇ ਉਹ ਇੱਕ ਬੜਾ ਅੱਛਾ ਉਪਰਾਲਾ ਹੈਗਾ ਕਿ ਬੱਚੇ ਉਹਦੇ ਨਾਲ ਜੁੜੇ ਰਹਿੰਦੇ ਨੇ ਉਹਨੂੰ ਜਿੱਤਣ ਵਾਸਤੇ ਕਿ ਅਸੀਂ ਇਹਦੇ ਚ ਜਿੱਤਣਾ ਤੇ ਉਮੀਦ ਹੈ ਕਿ ਅਸੀਂ ਇਹਦੇ ਨਾਲ ਜੁੜੇ ਹੀ ਰਾਵਾਂਗੇ ਭਾਵੇਂ ਥੋੜਾ ਜੁੜੀਏ ਪਰ ਇੱਕ ਸਮਾਂ ਆਏਗਾ ਕਿ ਇਹ ਚੀਜ਼ਾਂ ਫਿਰ ਪ੍ਰਭਾਵ ਪਾਣਗੀਆਂ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਅੱਜਕੱਲ ਦਰਬਾਰ ਸਾਹਿਬ ਦੇ ਵਿੱਚ ਤੰਤੀ ਸਾਜ਼ ਨਾਲ ਕੀਰਤਨ ਹੋਣਾ ਸ਼ੁਰੂ ਹੋ ਗਿਆ ਇੱਕ ਟਾਈਂ ਸੀ ਤੰਤੀ ਸਾਜ਼ ਬਿਲਕੁਲ ਲੋਪ ਹੋ ਗਏ ਸੀਗੇ ਹਨਾ ਹੁਣ ਦੇਖੋ ਕਿੰਨਾ ਕਾਰੋਬਾਰ ਉਹਨਾਂ ਦਾ ਚੱਲ ਗਿਆ ਤੰਤੀ ਸਾਰਜ ਬਜਦੇ ਹੈ ਬੰਦੇ ਹੈ ਵੇਚਦੇ ਹੈ ਖਰੀਦੇ ਹੈ ਲੋਕ ਸਿਖਾਂਦੇ ਹੈ ਇੱਕ ਚੱਲ ਰਿਹਾ ਹੈ ਫੋਕ ਵੀ ਮਰੇਗਾ ਨਹੀਂ ਹਾਂ ਠੀਕ ਹੈ ਨਿਊ ਜਨਰੇਸ਼ਨ ਚ ਘਟ ਹੈ ਪਰ ਜਿੱਦਾਂ ਜਿੱਦਾਂ ਬੱਚਾ ਨੂੰ ਸਮਝ ਆਂਦੀ ਬੱਚੇ ਇਸ ਨੂੰ ਗਾਣਾ ਪਸੰਦ ਕਰ ਰਹੇ ਨੇ ਬਿਲਕੁਲ ਜਿਹੜੇ ਸਗੋ ਨਾ ਮੈਂ ਆਪਾ ਕਹਿੰਦੇ ਆ ਕਿ ਸੰਗੀਤ ਸਾਡਾ ਘਟ ਰਿਹਾ ਹੈ ਨਾ ਪਰ ਜਿੰਨਾ ਕਿ ਮੈਂ ਵਿਚਰਦਾ ਰਿਹਾ ਨੇ ਲੋਕਾਂ ਨਾਲ ਮੈਨੂੰ ਲੱਗਦਾ ਹੈ ਇਹ ਜਿਹ ਮਹਿਸੂਸ ਹੁੰਦਾ ਕਿ ਨਵੇਂ ਬੱਚਿਆਂ ਦੇ ਜੇ ਸੋਸ਼ਲ ਮੀਡੀਆ ਓਨ ਕਰਕੇ ਸੰਗੀਤ ਦਾ ਪ੍ਰਚਾਰ ਸਗੋਂ ਹੋਰ ਹੋ ਰਿਹਾ ਪਰ ਉਹ ਜਿਹੜਾ ਚੰਗਾ ਮਾੜਾ ਸ਼ੁਰੂ ਤੋਂ ਅਸੀਂ ਜਦੋਂ ਮੈਂ 10 ਸਾਲ ਦਾ ਹਦੋਂ ਵੀ ਇਹੀ ਸੁਣਦੇ ਸੀਗੇ ਉਹ ਯਾਰ ਪਹਿਲਾਂ ਵਾਲੇ ਸਮੇਂ ਚੰਗੇ ਸੀ ਫਿਰ ਮੈਂ 20 ਸਾਲ ਦਾ ਹੋ ਗਿਆ ਫਿਰ ਵੀ ਉਹੀ ਸੁਣਦੇ ਉਹ ਯਾਰ ਪਹਿਲਾਂ ਵਾਲੇ ਸਮੇਂ ਚੰਗੇ ਸੀ ਹੁਣ 50 ਦੇ ਕਰੀਬ ਪਹੁੰਚ ਗਏ ਫਿਰ ਉਹੀ ਗੱਲ ਫਿਰ ਉਹੀ ਪਿਛਲਾ ਵਾਲੇ ਸਮੇਂ ਚੰਗੇ ਉਸ ਸਮਾਂ ਬਦਲਦੇ ਰਿਹਾ ਚੰਗਾ ਮਾੜਾ ਹੁੰਦਾ ਰਹਿੰਦਾ ਤੇ ਬੱਚਿਆਂ ਦੇ ਨਵੇਂ ਆ ਨੇ ਪ੍ਰਚਾਰ ਸੋਣਾ ਅੱਜਕੱਲ ਸੰਗੀਤ ਨੂੰ ਬਹੁਤ ਬੱਚੇ ਜੁੜੇ ਹੋਏ ਨੇ ਉਹ ਜ਼ਿਆਦਾ ਪਹਿਲਾਂ ਨਾਲੋਂ ਜ਼ਿਆਦਾ ਜੁੜੇ ਹੋਏ ਨੇ ਕਲਾਸਿਕਲ ਸੰਗੀਤ ਮ ਹੋ ਜਾਨਾ ਜਦੋਂ 5 5 6 6 ਸਾਲ ਦੇ ਬੱਚੇ ਐਸਾ ਸੁਰ ਲਾਉਂਦੇ ਨੇ ਜਾਨ ਕੱਢ ਦਿੰਦੇ ਨੇ ਪਤਾ ਨਹੀਂ ਕਿੱਥੋਂ ਮਾਂ ਦੀ ਗੋਰ ਚੋਂ ਸਿੱਖਿਆਉਂਦੇ ਨੇ ਸੋ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਤਾਨਪੂਰਾ ਲੈ ਕੇ ਰਿਆਜ ਕਰ ਰਹੇ ਨੇ ਤਾਨਪੂਰਾ ਲੈ ਕੇ ਗਾ ਰਹੇ ਨੇ ਤੇ ਖੁਦ ਕੀਬੋਰਡ ਵਜਾ ਕੇ ਇਹ ਚੀਜ਼ਾਂ ਪਹਿਲਾਂ ਨਹੀਂ ਸੀ ਹੁੰਦੀਆਂ ਜੀ ਪਹਿਲਾਂ ਸਿਰਫ ਇੱਕ ਤੂੰਬੀ ਨਾਲ ਗਾਉਦੇ ਹੁੰਦੇ ਸੀ ਅਖਾੜੇ ਲਾਇਆ ਉਹਨੇ ਪਰ ਇਹ ਚੀਜ਼ਾਂ ਨਾ ਹੁਣ ਮੈਂ ਤੁਹਾਨੂੰ ਇਸ ਤੋਂ ਵੀ ਪਹਿਲੇ ਲੈ ਕੇ ਜਾਣੀ ਆ ਤੂੰਬੀ ਤੋਂ ਵੀ ਪਹਿਲੇ ਲੈ ਕੇ ਜਾਣੀ ਆ ਕਿ ਜਦੋਂ ਲੋਕ ਕਿਸ ਤਰ੍ਹਾਂ ਗਾਉਂਦੇ ਹੁੰਦੇ ਸੀ ਚੱਕੇ ਆਟਾ ਪਿਸਰੀ ਆ ਉਹਦੀ ਕਿ ਰਿਦਮ ਬਣ ਰਹੀ ਹੈ ਟਣਣ ਟਣਣ ਟ ਉਹ ਕੀ ਗਾਣਾ ਬਣ ਜਾਂਦਾ ਸੀ ਅੱਜ ਅਸੀਂ ਕਹਿੰਦੇ ਆ ਕਿ ਇੰਨੀਆਂ ਤਾਲਾਂ ਕਿਉਂ ਬਣੀਆਂ ਹੋਈਆਂ ਨੇ ਠੀਕ ਹੈ ਇਹ ਅਸੀਂ ਨਹੀਂ ਬਣਾਈਆਂ ਇਹ ਸਾਡੇ ਅਨਪੜ ਲੋਕ ਜਿਹੜੇ ਬਿਲਕੁਲ ਕੁਝ ਨਹੀਂ ਸੀ ਜਾਣਦੇ ਇਹ ਸਭ ਉਹਨਾਂ ਤੋਂ ਬਣੀਆਂ ਅਗਰ ਉਹ ਦਾਣਾ ਪੀਸ ਰਹੀਆਂ ਤੇ ਉਹਦੀ ਰਿਦਮ ਚੋਂ ਗਾਣਾ ਫਿਕਸ ਕਰਕੇ ਗਾ ਲੈਂਦੀਆਂ ਸੀ ਠੀਕ ਹੈ ਅਗਰ ਉਹ ਪਾਣੀ ਲੈਣ ਜਾਂਦੀਆਂ ਉਹਦੀ ਜਦੋਂ نیچےੋਂ ਕਢਾਲਦੀਆਂ ਨੇ ਪਾਣੀ ਉਹਦੀ ਜਿਹੜੀ ਆਵਾਜ਼ ਹੁੰਦੀ ਸੀ ਉਹਦੇ ਨਾਲ ਗਾਣਾ ਗਾਉਂਦੀਆਂ ਸੀ ਠੀਕ ਹੈ ਉਹ ਸਾਰਾ ਉਹਨਾਂ ਨੂੰ ਰਿਦਮ ਮਿਲਦਾ ਸੀ ਉਹਨਾਂ ਚੀਜ਼ਾਂ ਦੇ ਵਿੱਚੋਂ ਤੁਮ ਵੀ ਤਾਂ ਬਹੁਤ ਬਾਤ ਚੋਂ ਆ ਜਿਹੜੀਆਂ ਕਾਰ ਲੇਡੀਆਂ ਕੰਮ ਕਰਦੀਆਂ ਨੇ ਜਾਂ ਇਕੱਠੀਆਂ ਹੋ ਕੇ ਬੈਠਦੀਆਂ ਨੇ ਕੁਝ ਵੀ ਕਰਦੀਆਂ ਨੇ ਉਹਨਾਂ ਚ ਉਹਨੂੰ ਹਰ ਕੰਮ ਦੇ ਵਿੱਚ ਉਹਨਾਂ ਨੂੰ ਇੱਕ ਡਿਫਰੈਂਟ ਰਿਦਮ ਮਿਲਦੀ ਸੀ ਉਹੀ ਰਿਦਮਸ ਅੱਗੇ ਜਾ ਕੇ ਸਾਨੂੰ ਅਸੀਂ ਉਹਨਾਂ ਨੂੰ ਤਾਲਾਂ ਦਾ ਨਾਮ ਦੇ ਦਿੱਤਾ ਇਹ ਤਾਲ ਐ ਵੀ ਇਹ ਤਾਲ ਐ ਔਰ ਇੰਨੀ ਹੈਰਾਨੀ ਵਾਲੀ ਗੱਲ ਹੈ ਕਿ ਪੁਰਾਣੇ ਜ਼ਮਾਨੇ ਚ ਜਿਹੜੇ ਵੀ ਲੋਕ ਗੀਤ ਬਣਿਆ ਉਹ ਹਰ ਲੋਕ ਗੀਤ ਕਿਸ ਨਾ ਕਿਸੇ ਰਾਗ ਦੇ ਵਿੱਚ ਹੈ ਲੋਗਾਂ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਇੱਕ ਟਾਈਮ 'ਚ ਕਿੰਨੇ ਕਿੰਨੇ ਰਾਗ ਗਾ ਜਾਂਦੇ ਸੀ ਅੱਜ ਜਦੋਂ ਉਹਦੀਆਂ ਉਹਦੀ ਥਿਊਰੀ ਬਣੀ ਹੈ ਉਹਦੇ ਸਿਧਾਂਤ ਬਣੇ ਆ ਤੇ ਫਿਰ ਅਸੀਂ ਕਹਿੰਨੇ ਆ ਆ ਗਾਣਾ ਜੀ ਇਸ ਰਾਗ ਦੇ ਵਿੱਚ ਹੈ ਆ ਗਾਣਾ ਇਸ ਰਾਗ ਦੇ ਵਿੱਚ ਹੈ ਜਦਕਿ ਉਹ ਗਾਣੇ ਤਾਂ ਕਲਾਸਿਕਲ ਤੋਂ ਪਹਿਲੇ ਹੀ ਬਣ ਚੁੱਕੇ ਆ ਹਾਂਜੀ ਬਿਲਕੁਲ ਗਾਣੇ ਰਾਗ ਤੋਂ ਬਿਨਾਂ ਤਾਂ ਕੋਈ ਗਾਣਾ ਹੈ ਹੀ ਨਹੀਂ ਨਾ ਕਿਸੇ ਵੀ ਜ਼ੁਬਾਨ ਦਾ ਹੋਵੇ ਕਿਸੇ ਵੀ ਜ਼ੁਬਾਨ ਦਾ ਗਾਣਾ ਹੋਵੇ ਹੈਨਾ ਹਾਂਜੀ ਤੁਸੀਂ ਫਰਾਂ ਰਾਗ ਚ ਗਾਣਾ ਸੁਣਾ ਦੋ ਤੇ ਲੋਕ ਸੋਚਣ ਲੱਗ ਜਾਣਗੇ ਪਰ ਉਹਨਾਂ ਨੂੰ ਖੁਦ ਨਹੀਂ ਪਤਾ ਸੀ ਰੋਜ਼ ਦੇ ਕਿੰਨੇ ਰਾਗ ਆ ਚੁੱਕੇ ਹੁੰਦੇ ਆ ਡਿਫਰੈਂਟ ਡਿਫਰੈਂਟ ਜਿਸ ਤਰ੍ਹਾਂ ਮੈਂ ਇੱਕ ਆਪਣਾ ਪਸੰਦੀਦਾ ਬਾਗੇਸ਼ਰੀ ਰਾਗ ਜੀ ਤੁਸੀਂ ਮੈਨੂੰ ਕਿਹਾ ਨਹੀਂ ਮੈਂ ਆਪੇ ਗਾਣਾ ਸੁਣਾ ਦੇ ਮੈਂ ਤੁਹਾਡੇ ਕੋਲੋਂ ਬੜਾ ਕੁਝ ਸੁਣਦਾ ਤੇ ਇਹ ਰਾਗ ਬਾਗੇਸ਼ਰੀ ਦੇ ਵਿੱਚ ਆ ਮੇਰੀ ਪਸੰਦੀਦਾ ਰਾਗ ਆ ਗਿਆ ਲੰਘਿਆ ਜਾ ਪਤਨ ਚਨਾਦਾ ਓ ਯਾਰ ਲੰਘਿਆ ਜਾ ਪਤਨ ਚਨਾਦਾ ਸਿਰ ਸਦ ਕਾ ਮੈਂ ਜਾਵਾ ਤੇਰੇ ਨਾਦਾ ਓ ਯਾਰ ਲੰਘਿਆ ਜਾ ਪਤਨ ਚਨਾਦਾ ਮੇਰੇ ਕਾਗ ਬਨੇ ਰ ਉੱਤੇ ਬੋਲਿਆ ਮੇਰਾ ਤਟੜੇ ਦਾ ਚੀਰਾ ਢੋਲਿਆ ਯਾਰ ਮੈਂ ਮੰਦੜਾ ਬੋਲਣਾ ਬੋਲਿਆ ਵੇ ਮੈਂ ਮੰਦੜਾ ਬੋਲਣਾ ਬੋਲਿਆ ਯਾਰ ਲਾਂਗੇ ਆ ਜਾ ਪਤਨ ਜਨਾਨਾ ਦਾ ਵਾਹ ਵਾਹ ਸਾਡਾ ਫਖਰ ਨੇ ਸਰਿੰਦਰ ਕੌਰ ਜੀ ਮੈਂ ਬੜਾ ਮਿਲਿਆ ਜੀ ਉਹਨਾਂ ਨੂੰ ਅਸੀਂ ਇਕੱਠੇ ਸ਼ੋਸ਼ੂ ਕਰਦੇ ਰਹੇ ਸੋ ਤੁਹਾਡੇ ਬੜੇ ਜਿੱਦਾਂ ਆਪਾਂ ਗੱਲ ਕਰੇ ਤੁਹਾਡੇ ਬਹੁਤ ਸਾਰੇ ਸਟੂਡੈਂਟਸ ਨੇ ਪੂਰੀ ਪੰਜਾਬ ਦੇ ਵਿੱਚ ਗਿਆ ਸਕਦੇ ਆ ਪਰ ਤੁਹਾਨੂੰ ਖੁਦ ਨੂੰ ਸਿੱਖਣ ਲਈ ਫਿਰ ਕਿਨਾਂ ਦੀ ਜ਼ਰੂਰਤ ਪਈ ਜਿਹੜਾ ਕਹਿੰਦੇ ਨੇ ਗੁਰੂ ਬਿਨਾ ਗਤ ਨਹੀਂ ਸ਼ਾਹ ਬਿਨਾ ਪਤ ਨਹੀਂ ਫਿਰ ਤੁਸੀਂ ਬਕਾਇਦਗੀ ਤੌਰ ਤੇ ਖੁਦ ਵੀ ਸ਼ਗਿਰਦ ਕਿਸੇ ਹਾਂਜੀ ਬਿਲਕੁਲ ਪਹਿਲੇ ਤਾਂ ਇਸ ਤਰ੍ਹਾਂ ਸੀਗਾ ਕਿ ਜਿੱਦਾਂ ਸਕੂਲ ਕਾਲਜ ਜਿਹੜੇ ਟੀਚਰ ਸਾਨੂੰ ਪੜ੍ਹਾਉਂਦੇ ਸੀ ਉਹਨਾਂ ਕੋਲੋਂ ਹੀ ਸਿੱਖਦੇ ਸੀ ਜਦੋਂ ਮੈਂ ਦਿੱਲੀ ਯੂਨੀਵਰਸਿਟੀ ਗਈ ਐਮ ਫਿਲ ਕਰਾਂ ਜੀ ਉੱਥੇ ਡਾਕਟਰ ਅਜੀਤ ਸਿੰਘ ਪੈਂਟਲ ਜੀ ਸੀਗੇ ਉਹਨਾਂ ਕੋਲੋਂ ਮੈਨੂੰ ਸਾਹਮਣੇ-ਆਮਨੇ ਬੈਠ ਕੇ ਗਾਣਾ ਸਿੱਖਣ ਦਾ ਮੌਕਾ ਮਿਲਿਆ ਤੇ ਆ ਕਹਾ ਕਿ ਇਹ ਸੁਭਾਗ્ય ਪ੍ਰਾਪਤ ਹੋਇਆ ਉਹਨਾਂ ਵਰਗੀ ਰੂ ਤਾਂ ਮੈਂ ਅੱਜ ਤੱਕ ਇਸ ਸੁਭਾਗ ਕੇ ਮੈਨੂੰ ਵੀ ਪ੍ਰਾਪਤ ਹੋਇਆ ਜੀ ਸਾਡੇ ਇੱਥੇ ਆਈ ਥਿੰਕ 5 6 7 ਸਾਲ ਪਹਿਲਾਂ ਆਏ ਸੀ ਤੇ ਮੇਰਾ ਕਲਾਸਿਕਲ ਦੇ ਵਿੱਚ ਉਹ ਪਹਿਲਾ ਇੰਟਰਵਿਊ ਸੀਗਾ ਕਿਸੇ ਕਲਾਸਿਕਲ ਸਿੰਗਰ ਦਾ ਇਸ ਮੁਲਕ ਦੇ ਵਿੱਚ ਤੇ ਉਹ ਬੜਾ 2 3 ਘੰਟੇ ਦਾ ਆਈ ਥਿੰਕ ਸੋਸ਼ਲ ਮੀਡੀਆ ਤੇ ਪਾਇਆ ਹੋਇਆਗਾ ਇੰਟਰਵਿਊ ਮੈਂ ਉਹਨਾਂ ਨੂੰ ਮਿਲਿਆ ਸੋ ਮੇਰਾ ਵੀ ਸੁਭਾਗ ਆ ਪਰ ਉਸ ਤੋਂ ਥੋੜੇ ਜਦੋਂ ਬੜਾ ਦੁੱਖ ਹੋਇਆ ਜਦੋਂ ਪਤਾ ਲੱਗਾ ਕਿ ਉਹਨਾਂ ਦਾ ਇੰਤਕਾਲ ਹੋ ਗਿਆ ਤੇ ਬਹੁਤ ਮਾਹਰ ਉਹਨਾਂ ਦੀ ਹੀ ਗਾਈਡੈਂਸ ਮੈਂ ਪੀ ਐਚ ਡੀ ਕੀਤੀ ਹੈ ਉਹਨਾਂ ਦੀ ਗਾਈਡੈਂਸ 'ਚ ਮੈਂ ਐਮਫਿਲ ਕੀਤੀ ਹੈ ਉਹਨਾਂ ਦੀ ਗਾਈਡੈਂਸ ਮੈਂ ਬੁੱਕਸ ਲਿਖੀਆਂ ਨੇ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਜਦੋਂ ਮੈਂ ਆਪਣੀਆਂ ਦੋ ਸੀੜੀਆਂ ਰਿਲੀਜ਼ ਕਰਵਾਈਆਂ ਸੀਗੀਆਂ ਇੱਕ ਲੋਕ ਸੰਗੀਤ ਦੀ ਇੱਕ ਸ਼ਬਦ ਦੀ ਤੇ ਦੋਨੋਂ ਟਾਈਮ ਮੇਰੇ ਸਰ ਦੇ ਹੱਥਾਂ ਤੋਂ ਹੀ ਸਾਰਾ ਕੁਝ ਹੋਇਆ ਥੋੜੀਆਂ ਦੋ ਸੀੜੀਆਂ ਆਈਆਂ ਸਨ ਇੱਕ ਉਹਦੀ ਪਿਲਵਾ ਆਡੀਓ ਹੈ ਫਿਰ ਵੀਡੀਓ ਵੀ ਆਈ ਹੈ ਨਾ ਤੇ ਉਹ ਹੁਣ ਅਵੇਲੇਬਲ ਨੇ ਕਿਤੇ ਸੋਸ਼ਲ ਮੀਡੀਆ ਤੇ ਜਾਂ ਹਾਂ YouTube ਤੇ ਪਈ ਹੋਈਆਂ ਕਿਸ ਨਾਮ ਤੋਂ ਸਿਰਫ ਡਾਕਟਰ ਜਤਿੰਦਰ ਕੌਰ ਟਾਈਪ ਕਰਕੇ ਔਰ ਤੁਸੀਂ ਜਿਹੜਾ ਕੋੜੀ ਆ ਸੁਹਾਗ ਜਿਹੜਾ ਵੀ ਉਹਦਾ ਟਾਈਟਲ ਜਦਾ ਮਧਾਨੀਆ ਮਧਾਨੀਆ ਟਾਈਪ ਕਰੋ ਤੇ ਫਿਰ ਆ ਜਾਂਦਾ ਹੈ ਸੋ ਤੁਹਾਡਾ ਆਪਣਾ ਚੈਨਲ ਹੈ ਨਹੀਂ ਮੇਰਾ ਚੈਨਲ ਨਹੀਂ ਹੈ ਜਿਨ੍ਹਾਂ ਤੋਂ ਰਿਲੀਜ਼ ਕਰਾਇਆ ਸੀ ਉਹਨਾਂ ਨੇ ਹੀ ਪਾਈ ਹੋਣੀ ਤੁਸੀਂ ਫਿਰ ਆਪਣਾ ਵੀ ਕੋਈ ਚੈਨਲ ਬਣਾਓ ਕਿਉਂਕਿ ਅੱਜ ਕੱਲ੍ਹ ਇਹ ਸੋਸ਼ਲ ਮੀਡੀਆ ਦਾ ਹੈਗਾ ਰਿਵਾਜ ਆਪੇ ਸਾਰਾ ਕੁਝ ਕਰਨਾ ਪੈਂਦਾ ਹਲੇ ਤੱਕ ਫੁਰਸਤ ਨਹੀਂ ਮਿਲੀ ਚੈਨਲ ਬਣਾਉਣ ਦੀ ਜਾਂ ਜ਼ਰੂਰਤ ਨਹੀਂ ਮਹਿਸੂਸ ਹੋਈ ਕਿਉਂਕਿ ਸਾਡਾ ਜਦੋਂ ਤੁਸੀਂ ਕਾਲਜ ਜਾਂ ਸਕੂਲ ਦੇ ਨਾਲ ਕਿਤੇ ਜੁੜੇ ਹੁੰਦੇ ਆ ਤੁਹਾਨੂੰ ਬੜੇ ਰੂਜੇਵੇਂ ਮਿਲ ਜਾਂਦੇ ਆ ਸੈਮੀਨਾਰ ਹੁੰਦੇ ਕਾਨਫਰੰਸਿਸ ਹੁੰਦੀਆਂ ਨੇ ਵੈਬਿਨਾਰਸ ਹੁੰਦੇ ਨੇ ਤੇ ਉਹਨਾਂ ਵਿੱਚ ਜਾਣ ਜਾਣ ਨਾਲ ਦੀ ਸਾਡਾ ਸਾਰਾ ਰਿਲੇਸ਼ਨ ਬਣ ਜਾਂਦੇ ਆ ਤੇ ਚੈਨਲ ਦੀ ਜਰੂਰਤ ਨਹੀਂ ਪਈ ਹ ਜੀ ਥੋੜਾ ਜਿਹਾ ਉਹਨੇ ਤੁਹਾਡੇ ਪਰਿਵਾਰ ਵੱਲ ਤੁਹਾਡੇ ਫਿਰ ਬੱਚਿਆਂ ਚ ਰੁਝਾਨ ਜਾਂ ਤੁਹਾਡੇ ਹਸਬੈਂਡ ਕਿੰਨਾਕ ਸਾਥ ਦਿੰਦੇ ਨੇ ਇਸ ਕੰਮ ਵਿੱਚ ਮੇਰੀ ਜਿਹੜੀ ਫੈਮਿਲੀ ਹੈ ਉਹ ਸਾਰੀ 뮤직 ਮਾਈਂਡਡ ਹੈ ਮੇਰੀ ਸ਼ਾਦੀ ਤੋਂ ਪਹਿਲੇ ਜਿੱਦਾਂ ਮੇਰੇ ਫਾਦਰ ਜੀ ਸਰਬਲੋਹੀ ਸੀਗੇ ਤੇ ਉਹਨਾਂ ਦੇ ਵਿੱਚ ਸੀਗਾ ਕਿ ਕੀਰਤਨ ਨੇ ਲੋਕ ਸਭ ਖੁਦ ਕਰਦੇ ਸੀ ਮੇਰੇ ਹਸਬੰਡ ਤਬਲਾ ਵਜਾਉਂਦੇ ਸੀ ਕੀਰਤਨ ਵੀ ਕਰਦੇ ਸੀ ਔਰ ਮੇਰੀ ਸਿਸਟਰ ਇਨ ਲਾ ਸ਼ਬਦ ਗਾਉਂਦੀਆਂ ਸੀਗੀਆਂ ਤੇ ਸ਼ਾਦੀ ਤੋਂ ਬਾਅਦ ਮੈਂ ਵੀ ਇਸ ਤਰ੍ਹਾਂ ਮਤਲਬ ਮੇਰੇ ਫਾਦਰ ਲਾ ਨੇ ਮੇਰਾ ਰਿਸ਼ਤਾ ਇਸੇ ਲਈ ਕਬੂਲ ਕੀਤਾ ਸਮਝੋ ਕਿ ਬੇਟੀ ਨੇ 뮤직 ਦੀ એમ મે ਕੀਤੀ ਹੋਈ ਹੈ ਤੇ ਇਹ ਸਾਡੇ ਘਰ ਅੱਛਾ ਕੀਰਤਨ ਕਰੇਗੀ ਤੇ ਇਸ ਤਰ੍ਹਾਂ ਮੇਰੀ ਸ਼ਾਦੀ ਹੋਈ ਤੇ ਮੇਰੇ ਦੋਨੋਂ ਬੇਟੇ 뮤직 ਲਵਰਸ ਨੇ ਚੈਂ ਦੋਨੋਂ ਅਲੱਗ-ਅਲੱਗ ਲਾਈਨ ਵੱਡਾ ਬੇਟਾ ਮੇਰਾ ਇੰਜੀਨੀਅਰ ਹੈ ਮਾਈਕਰੋਸਾਫਟ ਚ ਛੋਟਾ ਬੇਟਾ ਮੇਰਾ ਪਾਇਲਟ ਹੈ ਇੰਡੀਗੋ ਚ 에어ਲਾਈਨਸ ਚ ਤੇ ਦੋਨੋਂ ਗਿਟਾਰ ਬਜਾਉਂਦੇ ਆ ਔਰ ਦੋਨੋਂ ਗਾਣੇ ਦੇ ਵੀ ਬਹੁਤ ਅੱਛਾ ਨੇ ਸੋ ਤੁਹਾਡੇ ਪੇਕਿਆਂ ਵੱਲ ਵੀ ਸੀ ਗੁਰਜਾਣ ਮਿਊਜ਼ਿਕ ਦਾ ਆ ਹਾਂ ਪੇਕਿਆਂ ਵਾਲਾ ਇਸ ਤਰ੍ਹਾਂ ਹੈ ਕਿ ਅਸੀਂ ਸ਼ੌਂਕੀਏ ਗਾਣੇ ਬਜਾਉਂਦੇ ਸੀਗੇ ਤੇ ਸਭ ਨੇ ਤੇ ਸ਼ੌਂਕੀਆ ਕੀਤਾ ਮੈਂ ਉਹਨੂੰ ਆਪਣਾ ਇੱਕ profession ਬਣਾ ਲਿਆ ਔਰ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਸੰਗੀਤ ਦੇ ਲੜ ਲੱਗੀ ਸੰਗੀਤ ਇਹੋ ਜੀ ਚੀਜ਼ ਹੈ ਕਿ ਜਦੋਂ ਤੁਸੀਂ ਉਦਾਸ ਹੋ ਜਾਂ ਬਹੁਤ ਖੁਸ਼ ਹੋ ਜਾਂ ਕੁਝ ਹੋ ਤਾਂ ਸੰਗੀਤ ਬੜੀ ਅੱਛੀ ਇੱਕ ਡੋਜ਼ ਦਿੰਦਾ ਹੈ ਕਿ ਤੁਸੀਂ ਉਸ ਚੀਜ਼ ਤੋਂ ਬਾਹਰ ਨਿਕਲਦੇ ਹੋ ਅਨਾ ਤੁਹਾਨੂੰ ਕਦੀ ਉਦਾਸ ਹੀ ਨਹੀਂ ਹੋਣ ਦਿੰਦਾ ਔਰ ਮੈਨੂੰ ਦੇਖੋ ਹੁਣ ਮੈਂ ਅਗਲੇ ਮਹੀਨੇ ਰਿਟਾਇਰ ਹੋ ਜਾਣਾ ਤੇ ਪਰ ਮੈਨੂੰ ਹਮੇਸ਼ਾ ਮੇਰੇ ਸਟੂਡੈਂਟਸ ਨੇ ਯੰਗ ਰੱਖਿਆ ਦਿਮਾਗੀ ਤੌਰ ਤੇ ਕਿਉਂਕਿ ਅਸੀਂ ਗਾਣੇ ਬਜਾਉਂਦੇ ਰਹਿੰਦੇ ਆ ਹਮੇਸ਼ਾ ਫਰੈਸ਼ ਰਹਿੰਦੇ ਆ ਕਦੀ ਕੀਰਤਨ ਕਰਵਾ ਰਹੇ ਆ ਕਦੀ ਕੁਝ ਹੋਰ ਕਰਵਾ ਰਹੇ ਆ ਤੇ ਸੰਗੀਤ ਤੁਹਾਨੂੰ ਹਮੇਸ਼ਾ ਫਰੈਸ਼ ਰੱਖਦਾ ਤੇ ਬੜੇ ਅੱਛੀ ਅੱਛਿਆ ਰੂਹਾਂ ਨਾਲ ਜੋੜਦਾ ਹੈ ਅੱਛਿਆ ਚ ਰੂਹਾਂ ਸੁਣਦੇ ਹੋ ਉਹਨਾਂ ਨਾਲ ਵਕਤ ਬਿਤਾਉਂਦੇ ਹੋ ਬਿਲਕੁਲ ਜੀ ਬਿਲਕੁਲ ਸੋ ਤੁਹਾਡਾ ਫਿਊਚਰ ਪਲਾਨ ਕੀ ਹੈ ਸੰਗੀਤ ਨਾਲ ਲੈ ਕੇ ਕਿ ਤੁਹਾਨੂੰ ਤੁਸੀਂ ਹੁਣ ਕਹਿੰਦੇ ਰਿਟਾਇਰ ਹੋ ਰਹੇ ਹੋ ਰਿਟਾਇਰ ਹੋਣ ਤੋਂ ਬਾਅਦ ਤੁਸੀਂ ਖੁਦ ਨੇ ਕੀ ਸੋਚਿਆ ਹੈ ਕਿ ਮੈਂ ਸੰਗੀਤ ਵਾਸਤੇ ਕੀ ਕਰਾਂਗੇ ਕੋਈ ਅਕੈਡਮੀ ਖੋਲਣ ਦਾ ਕੋਈ ਯੂਨੀਵਰਸਿਟੀ ਜਾਂ ਕੁਝ ਨੇ ਅਸ طرح ਕੁਝ ਖੋਲਣ ਦਾ ਤੇ ਹਜੇ ਨਹੀਂ ਸੋਚਿਆ ਪਰ ਹਾਂ ਮੇਰੀ ਕੋਸ਼ਿਸ਼ ਜ਼ਰੂਰ ਹੋਏਗੀ ਕਿ ਮੈਂ ਜਗਾ ਜਗਾ ਲੈਕਚਰ ਦੇ ਕੇ ਜਾਂ ਪਰਫਾਰਮੈਂਸਿਸ ਦੇ ਕੇ ਆਪਣੇ ਫੋਕ 뮤직 ਨੂੰ ਜ਼ਿੰਦਾ ਰੱਖਾਂ ਤੇ ਲੋਕਾਂ ਦਾ ਰੁਝਾਨ ਉਹਦੇ ਵੱਲ ਰੱਖਾਂ ਪਰ ਚੰਗੀ ਗੱਲ ਹੈ ਕਿ ਜੇ ਤੁਸੀਂ ਅਮਰਤਸਰ ਦੇ ਵਿੱਚ ਐਟ ਲੀਸਟ ਕੋਈ ਅਕੈਡਮੀ ਕੋ 뮤직 ਦੀ ਖੋਲੋ ਤੇ ਮੇਰੇ ਖਿਆਲ ਉਹਦਾ ਹੋਰ ਪ੍ਰਚਾਰ ਹੋਏਗਾ ਲੋਕਾਂ ਨੂੰ ਪਤਾ ਲੱਗੇਗਾ ਤੇ ਜੇ ਤੁਸੀਂ ਸੇਵਾ ਕਰਨ ਉਹ ਤੁਹਾਡੀ ਆਪਣੀ ਮਰਜ਼ੀ ਉਹ ਇੱਕ ਇਨਕਮ ਆਫ ਸੋਰਸ ਵੀ ਹੋ ਸਕਦਾ ਹੈ ਹੈਨਾ ਤੇ ਪ੍ਰਚਾਰ ਵੀ ਇੱਕ ਇੱਕ ਕਿਉਂਕਿ ਬਾਕਾਇਦਾ ਜਗਾ ਹੋ ਜਾਏਗੀ ਬੱਚੇ ਜਦੋਂ ਚੱਲ ਕੇ ਆਏਗਾ ਨਾ ਕਿਤੇ ਫਿਰ ਉਹਨੂੰ ਹੋਰ ਦਾ ਇੰਟਰਸਟ ਵਧਦਾ ਹੈ ਮਿਹਨਤ ਕਰਨ ਵਾਸਤੇ ਹੈ ਨਾ ਤੇ ਮੇਰਾ ਖਿਆਲ ਹੈ ਕਰਨਾ ਚਾਹੀਦਾ ਤੁਹਾਨੂੰ ਮੇਰਾ ਬੇਟਾ ਹੱਸ ਰਿਹਾ ਸੀ ਕਿ ਮੇਰਾ ਬੇਟਾ ਨਵੰਕੂਵਰ ਤੇ ਵੀਚਾ ਨਾ ਕਹਿੰਦਾ ਮਮਾ ਤੁਸੀਂ ਇੱਥੇ ਆ ਜਾਓ ਤੇ ਇੱਥੇ ਬੱਚਿਆਂ ਨੂੰ ਕੀਰਤਨ ਸਿਖਾਓ ਇੱਥੇ ਸਾਰੇ ਲੋਕਾਂ ਨੂੰ ਬੜੀ ਜ਼ਰੂਰਤ ਹੈ ਤੇ ਮੈਂ ਸੋਚਦੀ ਆ ਕਿ ਅੰਮ੍ਰਿਤਸਰ ਨਾਲੋਂ ਜ਼ਿਆਦਾ ਇੱਧਰ ਜ਼ਰੂਰਤ ਹੈ ਜੀ ਜੀ ਬੱਚਿਆਂ ਨੂੰ ਕੀਰਤਨ ਵਗੈਰਾ ਸਿਖਾਉਂਦੇ ਔਰ ਤੁਸੀਂ ਜੇ ਪਰਮਾਨੈਂਟ ਤੌਰ ਤੇ ਕਦੇ ਆਏ ਵੀ ਚਲੋ ਉੱਥੇ ਤੇ ਇਹ ਹੁੰਦਾ ਨਾ ਵੀ ਬੱਚਿਆਂ ਨੂੰ ਕੰਮ ਨਹੀਂ ਹੋਰ ਹੁੰਦਾ ਸਕੂਲ ਕਾਲਜ ਤੋਂ ਇਲਾਵਾ ਕੋਈ ਉੱਥੇ ਜੌਬਾਂ ਨਹੀਂ ਜਾਂ ਕੁਝ ਵੀ ਹੈ ਨਾ ਪਰ ਇੱਥੇ ਤੁਸੀਂ ਇਹ ਮਹਿਸੂਸ ਜ਼ਰੂਰ ਕਰੋਗੇ ਕਿ ਇੱਥੇ ਜੇ ਬੱਚਿਆਂ 'ਚ ਰੁਝਾਨ ਬੜਾ ਉਥੇ ਨਾਲੋਂ ਜ਼ਿਆਦਾ ਆਪਣੇ ਚੀਜ਼ਾਂ ਨੂੰ ਸਿੱਖਣ ਲਈ ਇਵਨ ਪੰਜਾਬੀ ਸਿੱਖਣ ਵਾਸਤੇ ਜਾਂ ਕੀਰਤਨ ਸਿੱਖਣ ਵਾਸਤੇ ਉਥੇ ਨਾਲੋਂ ਜ਼ਿਆਦਾ ਰੁਝਾਨ ਹੈਗਾ ਇੱਥੇ ਬੱਚਿਆਂ ਵਿੱਚ ਤੋਂ ਕਦੇ ਆਓ ਤੇ ਕੋਈ ਨਹੀਂ ਅਸੀਂ ਸਾਰਾ ਤੁਹਾਡੇ ਨਾਲ ਆ ਸਾਡੇ ਲਈ ਕੋਈ ਵੀ ਸੇਵਾ ਹੋਵੇ ਹੋਰ ਜਾਣ ਤੋਂ ਪਹਿਲਾਂ ਕੀ ਤੁਹਾਡੇ ਕੋਲ ਦਿਲ ਦੀ ਗੱਲ ਕੋਈ ਤੁਸੀਂ ਸਾਂਝੀ ਕਰਨਾ ਚਾਹੋ ਕੁਛ ਨਹੀਂ ਮੈਂ ਬਸ ਸਾਰਿਆਂ ਨੂੰ ਇਹੀ ਅਪੀਲ ਕਰਾਂਗੀ ਕਿ ਅੱਛਾ-ਅੱਛਾ ਸੰਗੀਤ ਲਿਖਿਆ ਜਾਣਾ ਚਾਹੀਦਾ ਹੈ ਅੱਛਾ-ਅੱਛਾ ਸੰਗੀਤ ਗਾਣਾ ਚਾਹੀਦਾ ਹੈ ਮਤਲਬ ਉਹ ਜੋ ਕਿ ਅਸੀਂ ਪਰਿਵਾਰਾਂ ਦੇ ਵਿੱਚ ਬੈਠ ਕੇ ਇੱਜ਼ਤ ਨਾਲ ਸੁਣ ਸਕੀ ਕਿਉਂਕਿ ਪਹਿਲੇ ਜਿੰਨਾ ਵੀ ਸਾਡਾ ਲੋਕ ਸੰਗੀਤ ਹੈ ਪਰਿਵਾਰਾਂ ਦੇ ਵਿੱਚ ਬੈਠ ਕੇ ਹੀ ਗਾਇਆ ਬਜਾਇਆ ਜਾਂਦਾ ਸੀ ਕੋਈ ਇਕੱਲੇ ਨਹੀਂ ਗਾਉਂਦਾ ਮਤਲਬ ਅੱਜ ਕੱਲ ਕੁਝ ਮਤਲਬ ਗੀਤ ਐ ਹੋ ਜੇ ਬਣਨ ਲੱਗ ਗਏ ਨੇ ਕਿ ਜਿਹੜੇ ਜਿਨ੍ਹਾਂ ਦਾ ਨਿਊ ਜਨਰੇਸ਼ਨ ਦੇ ਉੱਤੇ ਵੀ ਅੱਛਾ ਪ੍ਰਭਾਵ ਨਹੀਂ ਪੈਂਦਾ ਔਰ ਸਾਨੂੰ ਗਾਣ ਲੱਗਿਆਂ ਵੀ ਸੰਗ ਆਂਦੀ ਹੈ ਨੇ ਕਈ ਵਾਰੀ ਕਾਰ ਚ ਤੁਸੀਂ ਜਾ ਰਹੇ ਹੋ ਇਹੋ ਜਿਹੇ ਲਫ਼ਜ਼ ਸੁਣਨ ਨੂੰ ਮਿਲ ਜਾਂਦੇ ਤੁਹਾਨੂੰ ਉਦਾਂ ਤੇ ਅਸੀਂ ਕਦੀ ਸੁਣਦੇ ਨਹੀਂ ਇਹੋ ਜਿਹੇ ਮਿਊਜ਼ਿਕ ਕਿ ਵੀ ਤੁਹਾਨੂੰ ਖੁਦ ਲੱਗਦਾ ਕਿ ਐਨੀ ਹੋਣਾ ਚਾਹੀਦਾ ਹੈ ਨਾ ਮੇਰੀ ਬਸ ਇਹੀ ਕੋਸ਼ਿਸ਼ ਹੋਏਗੀ ਔਰ ਮੈਂ ਪੇਪਰ ਵੀ ਲਿਖਾਂਗੀ ਇਹਦੇ ਬਾਰੇ ਸਭ ਕੁਝ ਕਰਾਂਗੀ ਕਿ ਅੱਛਾ ਸੰਗੀਤ ਲਿਖਿਆ ਜਾਏ ਔਰ ਅੱਛਾ ਸੰਗੀਤ ਗਾਇਆ ਜਾਏ ਬਿਲਕੁਲ ਡਾਕਟਰ ਸਾਹਿਬ ਇੱਕ ਥੋੜਾ ਜਿਹਾ ਕੌੜਾ ਸੱਚ ਲੱਗੇਗਾ ਤੁਹਾਨੂੰ ਵੀ ਸ਼ਾਇਦ ਜਾਂ ਸੁਣਨ ਵਾਲਿਆਂ ਨੂੰ ਵੀ ਕਿ ਜ਼ਰੂਰੀ ਨਹੀਂ ਕਿ ਇਹ ਜਿਹੜੇ ਡਬਲ ਮੀਨਿੰਗ ਗਾਣੇ ਆ ਹੁਣ ਹੀ ਆਉਣ ਲੱਗੇ ਨੇ ਨਵੀਂ ਜਨਰੇਸ਼ਨ ਨੇ ਸ਼ੁਰੂ ਕੀਤਾ ਜੇ ਡਬਲ ਮੀਨਿੰਗ ਦੀ ਗੱਲ ਕਰੀ ਜਾਂ ਪਰਿਵਾਰਾਂ ਵਿੱਚ ਨਾ ਸੁਣਨ ਵਾਲੇ ਗਾਣੇ ਦੀ ਗੱਲ ਕਰੀਏ ਤੇ ਬਹੁਤ ਪਹਿਲਾਂ ਤੋਂ ਚੱਲੇ ਆ ਰਹੇ ਨੇ ਹੁਣ ਤਾਂ ਸਗੋਂ ਫਿਰ ਵੀ ਗਾਣੇ ਥੋੜਾ ਥੋੜਾ ਜਿਹਾ ਚੰਗੇ ਹੋ ਗਏ ਨੇ ਜੇ ਪਹਿਲੇ ਗਾਣੇ ਕਈ ਵਾਰੀ ਹੁੰਦਾ ਸੀਗਾ ਕਿ ਤੁਸੀਂ ਇਕੱਲੇ ਤਾਂ ਕੀ ਫੈਮਿਲੀ 'ਚ ਤਾਂ ਕੀ ਖੂਆਂ ਤੇ ਜਾ ਕੇ ਤਾਂ ਕੀ ਤੁਸੀਂ ਕਿਤੇ ਇਕੱਲੇ ਬਹਿ ਕੇ ਹੈੱਡਫੋਨ ਲਾ ਕੇ ਵੀ ਨਹੀਂ ਸੁਣ ਹੁਣ ਚੱਕਰ ਇਹ ਫਰਕ ਇਹ ਪੈ ਗਿਆ ਵੀ ਉਦੋਂ ਸੋਰਸਸ ਨਹੀਂ ਸਨ ਲੋਕਾਂ ਤੱਕ ਆਉਣ ਦੇ ਗੀਤ ਲੋਕਾਂ ਕੋ ਆਪਣੇ ਆਪਣੇ ਸਾਹਵੇਂ ਹੁੰਦੇ ਸਨ ਜਿਹੜੇ ਅਸੀਂ ਮੈਂ ਨਾਮ ਨਹੀਂ ਲਾਵਾਂਗਾ ਬਹੁਤ ਵੱਡੇ ਵੱਡੇ ਲੇਜੈਂਡ ਜਿਨ੍ਹਾਂ ਦੇ ਅਸੀਂ ਗਾਣੇ ਗਾਉਣੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਸਾਡੇ ਲੇਜੈਂਡ ਨੇ ਸਾਡਾ ਫਖਰ ਆ ਸਾਡਾ ਮਾਣ ਹੈ ਉਹਨਾਂ ਦੇ ਵੀ ਐਸੇ ਐਸੇ ਗਾਣੇ ਸਨ ਜਿਹੜੇ ਅਸੀਂ ਨਹੀਂ ਪਰਿਵਾਰਾਂ ਦੇ ਵਿੱਚ ਸੁਣ ਸਕਦੇ ਤੇ ਅੱਜ ਕੱਲ ਤੇ ਮੇਰਾ ਖਿਆਲ ਹੈ ਕਿ ਥੋੜਾ ਬੱਚਿਆਂ ਨੇ ਸਗੋ ਸੰਭਾਲਿਆ ਇਹ ਜ਼ਰੂਰ ਚੱਲ ਪਿਆ ਕਿ ਗੀਤ ਬੰਦੂਕਾਂ ਵਾਲੇ ਆ ਗਏ ਨੇ ਜੀਪਾਂ ਵਾਲੇ ਆ ਗਏ ਨੇ ਰਫਲਾਂ ਵਾਲੇ ਆ ਗਏ ਨੇ ਤੇ ਕੁਝ ਇੱਕ ਲੋਕਾਂ ਨੇ ਤੇ ਵੈਸੇ ਜਿਵੇਂ ਮੈਂ ਸਟਾਰਟਿੰਗ ਚ ਇਹ ਹੀ ਕਿ ਇਸ ਸ਼ੁਰੂ ਤੋਂ ਸਿਲਸਿਲਾ ਚੱਲੀ ਆ ਰਿਹਾ ਚੰਗਾ ਮਾੜਾ ਚੰਗਾ ਮਾੜਾ ਡਿਪੈਂਡ ਕਰਦਾ ਸਾਡੇ ਤੇ ਕਿ ਅਸੀਂ ਕੀ ਸੁਣਨਾ ਚਾਹੁੰਦੇ ਸਭ ਤੋਂ ਵੱਡੀ ਜ਼ਿੰਮੇਵਾਰੀ ਕਿਨਾਂ ਦੀ ਇਸ ਚੀਜ਼ ਨੂੰ ਸੰਭਾਲਣ ਦੀ ਤੁਹਾਨੂੰ ਲੱਗਦਾ ਔਰ ਸਭ ਤੋਂ ਵੱਡਾ ਕਸੂਰ ਕਿਨਾਂ ਦਾ ਆਡੀਅנס ਦਾ 뮤직 ਕੰਪਨੀਆਂ ਦਾ ਜਾਂ ਸਿੰਗਰ ਦਾ ਆਡੀਅנס ਦਾ ਆਡੀਅנס ਦਾ ਆਡੀਅנס ਕਿਉਂਕਿ ਬਿਲਕੁਲ ਤੁਹਾਡਾ ਨਾ ਕਰੀ ਹੈ ਹਾਂ ਕਿਉਂਕਿ ਆਡੀਅנס ਜੋ ਸੁਣਨਾ ਚਾਹੁੰਦੀ ਹੈ ਕਲਾਕਾਰ ਨੂੰ ਉਹੀ ਕੁਝ ਪਰੋਸਦਾ ਪਿਆ ਬਿਲਕੁਲ ਠੀਕ ਹੈ ਅਗਰ ਆਡੀਅנס ਸੁਧਰ ਜਾਏ ਕਈ ਵੀ ਮੈਂ ਨਹੀਂ ਸੁਣਨਾ ਕਲਾਕਾਰ ਲੈ ਕੇ ਨਹੀਂ ਆਏਗਾ ਬਿਲਕੁਲ ਕਿਉਂਕਿ ਕਲਾਕਾਰਾਂ ਕੋਲ ਵੀ ਇਹੀ ਐਕਸਕਿਊਜ਼ ਹੈ ਅਗਲੇ ਸ਼ਰਿਆਮ ਕਹਿੰਦੇ ਨੇ ਹੁਣ ਇੰਟਰਵਿਊਜ਼ ਵਿੱਚ ਕਹਿੰਦੇ ਲੋਕੀ ਸੁਣਦੇ ਨੇ ਤੇ ਅਸੀਂ ਸੁਣਾਉਂਦੇ ਆ ਸੋ ਪਤਾ ਨਹੀਂ ਕਈ ਵਾਰੀ ਬਹੁਤ ਚਿੰਤਿਤ ਹੋ ਜਦਾ ਇਹ ਚੀਜ਼ ਵਾਸਤੇ ਵੀ ਕਈ ਵਾਰੀ ਕਨਫਿਊਜ਼ ਵੀ ਹੋਏਦਾ ਵੀ ਕਸੂਰ ਕਿਹਦਾ ਹੈ ਜਾਂ ਕਿਹਨੂੰ ਰੋਕਿਆ ਜਾਵੇ ਤੇ ਮੈਂ ਭਗਵੰਤ ਮਾਨ ਸਾਹਿਬ ਨਾਲ ਮੇਰਾ ਸਾਡਾ ਬਹੁਤ ਪੁਰਾਣਾ ਸਾਥ ਰਿਹਾ ਨਾ ਸ਼ੋਸ਼ੂ ਕਰਦੇ ਰਹੇ ਬਹੁਤ ਜਦੋਂ ਸੋਚੇ ਵੀ ਨਹੀਂ ਸੀ ਉਹ ਸਾਡੇ ਸੀਐਮ ਬਣਨਗੇ ਤੇ ਗੱਲਬਾਤ ਹੁੰਦੀ ਨਹੀਂ ਤੇ ਹੁਣ ਵੀ ਮੈਂ ਉਹਨਾਂ ਨੂੰ ਮੈਂ ਤਾਂ ਇੱਕੋ ਹੀ ਬੇਨਤੀ ਕੀਤੀ ਸੀ ਕਿਉਂਕਿ ਮੇਰੇ ਸੰਗੀਤ ਨਾਲ ਬੜਾ ਮੈਂ ਜੁੜਿਆ ਰਹਿਣਾ ਮੈਨੂੰ ਹੁੰਦੀ ਚਿੰਤਾ ਸੰਗੀਤ ਵੀ ਚੰਗਾ ਸੰਗੀਤ ਚੱਲ ਉਹਨਾਂ ਨੂੰ ਮੈਂ ਕਿਹਾ ਕੋਈ ਸੈਂਸਰ ਬੋਰਡ ਬਣਾਓ ਪੰਜਾਬ ਦੇ ਵਿੱਚ ਕਿ ਹਰ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਸੈਂਸਰ ਹੋਵੇ ਸੈਂਸਰਪੋਰਟ ਵੱਲੋਂ ਰਿਲੀਜ਼ ਹੋਤਾ ਜਿਨ੍ਹਾਂ ਵਿੱਚ ਵਲਗਰ ਜਾਂ ਚੰਗੀ ਲੇਖਣੀ ਵੀ ਚੰਗਾ ਸੰਗੀਤ ਵੀ ਹੋਵੇ ਤੇ ਚੰਗੀ ਵੀਡੀਓ ਪਿਕਚਰਾਈਜ਼ ਵੀ ਜੇਸ਼ਨ ਵੀ ਸੋਹਣੀ ਹੋਣੀ ਚਾਹੀਦੀ ਹੈ ਨਾ ਦੇਖੋ ਹਾਂਜੀ ਤੇ ਦੇਖੋ ਕੀ ਬਣਦਾ ਸੋ ਬਹੁਤ ਚੰਗਾ ਲੱਗਾ ਜੀ ਅੱਜ ਤੁਹਾਣਾ ਗੱਲਬਾਤ ਕਰਕੇ ਬੜਾ ਮਜ਼ਾ ਆ ਬੜਾ ਕੁਝ ਸਿੱਖਣ ਨੂੰ ਮਿਲਿਆ ਔਰ ਅਸੀਂ ਜਿਹੜਾ ਆਪਣਾ ਕਲਚਰ ਜਿੰਨਾ ਅਸੀਂ ਇੱਥੇ ਸਪੈਸ਼ਲੀ ਇਹਨਾਂ ਮੁਲਕਾਂ ਵਿੱਚ ਅਸੀਂ ਕੋਸ਼ਿਸ਼ ਸਾਡੀ ਹੁੰਦੀ ਹੈ ਔਰ ਸਾਨੂੰ ਇਸ ਗੱਲ ਦਾ ਫਖਰ ਵੀ ਹੈ ਕਿ ਅਸੀਂ ਸ਼ਾਇਦ ਅਸਲ ਪੰਜਾਬ ਨਾਲੋਂ ਜ਼ਿਆਦਾ ਇੱਥੇ ਸਾਡੇ ਬੱਚੇ ਵੀ ਤੇ ਅਸੀਂ ਖੁਦ ਵੀ ਜੁੜੇ ਰਹਿੰਦੇ ਆ ਮੇਰੀ ਮੇਰੀ ਸਿਸਟਰ ਕਹਿੰਦੀ ਉੱਥੋਂ ਕੋਈ ਹਿੰਗ ਮੰਗਵੋਣੀ ਸੀ ਕਹਿੰਦੀ ਮੇਰੇ ਗੜਾ ਜਾਖਰ ਕਹਿੰਦੇ ਹਿੰਗ ਤੇ ਇੱਦਾਂ ਇੱਥੋਂ ਮਿਲਦੀ ਕਹਿੰਦੀ ਹਿੰਗ ਉਹ ਮੈਂ ਕਿਹਾ ਇੱਥੇ ਤੇ ਜੋ ਕੁਝ ਮਿਲਦਾ ਉਹ ਪੰਜਾਬ ਵਿੱਚ ਵੀ ਨਹੀਂ ਹੁਣ ਮਿਲਦਾ ਇੱਥੇ ਜਿਹੜੀਆਂ ਦੇਸੀ ਚੀਜ਼ਾਂ ਸਾਡੇ ਮਿਲਦੀਆਂ ਨੇ ਨਾ ਸੋ ਅਸੀਂ ਆਪਣੇ ਕਲਚਰ ਨੂੰ ਸੰਭਾਲਿਆ ਹੋਇਆ ਤੁਹਾਡੇ ਵਰਗੇ ਲੋਕ ਆਉਂਦੇ ਰਹਿਣਗੇ ਤਾਂ ਸਹੀ ਸਾਡੇ ਬੱਚੇ ਸਾਡੇ ਹੋਰ ਜੁੜਦੇ ਰਹਿਣਗੇ ਸੋ ਬਹੁਤ ਬਹੁਤ ਸ਼ੁਕਰੀਆ ਜੀ ਪਰ ਜਾਣ ਤੋਂ ਪਹਿਲਾਂ ਜਨਾ ਕਿ ਜਿਹੜਾ ਤੁਸੀਂ ਬਹੁਤ ਕੋਈ ਗੋਣਾ ਗੁਣ ਘਣਾਉਂਦੇ ਹੋ ਦੋ ਲਾਈਨਾਂ ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ ਵੇ ਸਾ ਤਲੀ ਤੇ ਮਰੋੜਿਆ ਰੁਠਣਾ ਚਾਹਂਦਾ ਮਾਇਆ ਰੁਠੜਾ ਜਾਂਦਾ ਮਾਇਆ ਵੇ ਸਾ ਗਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ ਵਾਹ ਵਾਹ ਸੋ ਡਾਕਟਰ ਸਾਹਿਬਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਟਾਈਮ ਕੱਢਿਆ ਮੈਨੂੰ ਪਤਾ ਤੁਸੀਂ ਥੋੜੇ ਦਿਨਾਂ ਵਾਸਤੇ ਆਏ ਸੀ ਔਰ ਟਾਈਮ ਚੋ ਟਾਈਮ ਤੁਸੀਂ ਸਾਡੇ ਵਾਸਤੇ ਕੱਢਿਆ ਤੁਹਾਡੇ ਹਮੇਸ਼ਾ ਸਿਰੀਣੀ ਰਾਵਾਂਗੇ ਔਰ ਜਿੰਨੇ ਵੀ ਸਾਡੇ ਇਸ ਵੇਲੇ ਪ੍ਰਵਾਸੀ ਟੈਲੀਵਿਜ਼ਨ ਨਾਲ ਯਾਰ ਦੋਸਤ ਜੁੜੇ ਨੇ ਇਹ ਮੇਰਾ ਪਹਿਲਾ ਪ੍ਰੋਗਰਾਮ ਹੋਏਗਾ ਪ੍ਰਵਾਸੀ ਤੇ ਔਰ ਅਸੀਂ ਕੋਈ ਪਲੈਨਿੰਗ ਕਰ ਰਹੇ ਹਾਂ ਕਿ ਕੋਈ ਚੰਗਾ ਹਫਤਾਵਾਰੀ ਪ੍ਰੋਗਰਾਮ ਜਾਂ ਐਵਰੀ ਡੇ ਜਾਂ ਹਫਤਾਵਾਰੀ ਜਾਂ ਕੁਛ ਨਾ ਕੁਛ ਇਹੋ ਜਿਹਾ ਸਿਲਸਿਲਾ ਸੀ ਜ਼ਰੂਰ ਪ੍ਰਵਾਸੀ ਟੈਲੀਵਿਜ਼ਨ ਤੇ ਕੋਈ 뮤지컬 ਸੈਗਮੈਂਟ ਰੱਖਾਂਗੇ ਜਿਹਦੇ ਵਿੱਚ ਚੰਗਾ ਗੀਤ ਸੰਗੀਤ ਤੁਹਾਨੂੰ ਇੱਕ ਸੁਣਨ ਨੂੰ ਮਿਲੇਗਾ ਚੰਗੇ ਚੰਗੇ ਲੋਕਾਂ ਦੀਆਂ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਣਗੀਆਂ ਔਰ ਜਿੰਨੇ ਮੇਰੇ ਚਾਹਣ ਵਾਲੇ ਨੇ ਜਾਂ ਮੇਰੇ ਜਾਣਨ ਵਾਲੇ ਨੇ ਜਾਂ ਮੇਰੇ ਫੋਲੋਅਰ ਨੇ ਸਾਰਿਆਂ ਨੂੰ ਪਤਾ ਕਿ ਮੈਂ ਮਾੜਾ ਸੰਗੀਤ ਨਾ ਕਦੇ ਸੁਣਿਆ ਜੀ ਨਾ ਕਦੇ ਮੈਂ ਉਹਦਾ ਪ੍ਰਚਾਰ ਕੀਤਾ ਤੇ ਨਾ ਮੈਂ ਕੋ ਲੋਕਾਂ ਨੂੰ ਕਦੇ ਕਿਹਾ ਕਿ ਚਾ ਮਾੜਾ ਸੰਗੀਤ ਸੁਣੋ ਜੀ ਵੀ ਖੁਸ਼ਕਿਸਮਤ ਹੈ ਕਿ ਤੁਹਾਡੇ ਵਰਗੀ ਹਸਤੀ ਅਰੇ ਨਹੀਂ ਨਹੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਨਹੀਂ ਨਹੀਂ ਮੇਰੇ ਮੇਰੇ ਧਨਪਾਗ ਜੀ ਮੇਰੇ ਧਨਪਾਗ ਤੁਸੀਂ ਸੀਨੀਅਰ ਹੋ ਜਿਹਨਾਂ ਤੋਂ ਸਾਨੂੰ ਸਿੱਖਣ ਨੂੰ ਬੜਾ ਕੁਝ ਮਿਲਦਾ ਹੈ ਸੋ ਕੋਸ਼ਿਸ਼ ਕਰਾਂਗੇ ਜਲਦੀ ਤੁਹਾਡੇ ਨਾਲ ਕੁਛ ਨਾ ਕੁਛ ਹੋਰ ਲੈ ਕੇ ਆਈਏ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਾ ਸਸਿਕਾ ਜੀ